ਸਗਨ ਦਮਾਮਾ ਬਜਿਓ ਪਰਿਓ ਨਿਸ਼ਾਨੇ ਖੇਤ ਜੋ ਵੰਡਿਓ ਕੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਦੀਨ ਕੇ ਪੁਰਜਾ ਪੁਰਜਾ ਕਟ ਮਰੇ ਕਬ ਹੋਣਾ ਛਾਡੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਸਭਨਾ ਕੀ ਰੇਣੁਕਾ ਹੋ ਸਭਨਾ ਕੀ ਰੇਣੁਕਾ ਤੋ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਵਾਰ ਖਨੀ ਮਨ ਗਾਰੈ ਸੰਤ ਵਾਰ ਖਨੀ ਮਨ ਗਾਰੈ ਦੀਨਨ ਕੀ
ਪਾਲ ਕਰੇ ਨਿਤ
ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਬਾਬਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਬਾਬਾ ਜਿਸ ਕੇ ਵੱਡ ਪਾਗਾ
ਗੁਣ
ਗੁਣ ਨਿਤ ਗੁਣ ਨਿਤ ਤੇਰੀ ਬਾਣੀ ਗੁਣ ਨਿਤ ਤੇਰੀ ਬਾਣੀ ਸਫਲ ਦਰਸ ਤੇਰਾ ਪਾਰ ਬ੍ਰਹਮ ਬਨਵਾਦ ਨਾ ਦੂਸਰ ਤੋ
सेव करी तुमरी दिन के सब ही ग्रह देखियत द्रभ परोसो या कल में गायो कोट जन्म के दुख जो चाहत सोई मन पाए हर कृपा हर नाम जगाए सर्व सुख हर नाम बढ़ाई और प्रसाद नानक मत पाई अब गुरु पाणी पिता माता धरत महत दिवस रात दुए दाई दया खिले सकल जगत जग आईया बर आईया बच धर्म दूर करमी आपो अपनी ਸਖਤ ਕਾਲ ਨਾਨਕ ਤੇ ਮੁਖ ਉੱਤੇ ਲੈ ਕੇਤੀ ਛੁੱਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਤ ਬਿਰਾਜਮਾਨ ਭਾਗਾਂ ਨਾਲ ਸੁਭਾਗ ਸਭਾ ਮਿਲੀ ਪ੍ਰਾਪਤ ਦਾ ਆਨੰਦ ਲੈ ਰਹੀ ਸਾਧ ਸੰਗਤ ਜੀਓ ਗੁਰੂ ਘਰ ਦਾ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਇਸ ਵੇਲੇ 50 ਸਾਲ 60 ਸਾਲ ਤੋਂ ਉਪਤੀ ਉਮਰ ਦੇ ਹਾਂ 84 ਦੇ ਭਿਆਨਕ ਦਿਨ ਦੇਖੇ ਨੇ ਭਿਆਨਕ ਦਿਨ ਜਾਬਰ ਹਕੂਮਤ ਨੇ ਜਬਰ ਦੀ ਇੰਤਹਾ ਕਰਕੇ
ਸ਼ਹੀਦੀ ਗੁਰਪੁਰਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਿਤਾ ਜੀ ਸ਼ਾਂਤੀ 'ਤੇ ਪੁੰਜ ਉਸ ਦਿਹਾੜੇ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਾਡੀ ਪਾਵਨ ਹਸਤੀ ਹੈ ਵਿਖੇ ਤਾਬੜ ਤੋੜ ਹਮਲੇ ਕਰਕੇ ਮਹਾਂਪੁਰਖਾਂ ਨਾਲ ਦੇ ਸਾਥੀ ਬੜੇ ਹੀ ਹੋਰ ਜੋ ਇੱਕ ਦਰਸ਼ਕ ਦੇ ਤੌਰ 'ਤੇ ਦੇਖਣ ਵੀ ਗਏ ਸਭ ਨੂੰ ਸ਼ਹੀਦੀ ਦਾ ਜਾਮ ਐਸੇ ਲੜੇ ਐਸੇ ਜੂਝੇ ਐਸਾ ਉਹਨਾਂ ਨੇ ਕਰਾਮਾਤਾਂ ਦਿਖਾਈਆਂ 17ਵੀਂ 18ਵੀਂ ਸਦੀ ਦਾ ਦ੍ਰਿਸ਼ ਸਾਹਮਣੇ ਆ ਗਿਆ ਉਹ ਦਿਨ ਮਨਾਉਂਦਿਆਂ ਅੱਜ 36ਵਾਂ ਸਮਾਗਮ ਤੁਹਾਡੀ ਬੇਨਤੀ 'ਤੇ ਇਲਾਕੇ ਦੇ ਸੱਜਣਾਂ ਦੇ ਕਹਿਣ 'ਤੇ ਸੰਗਤ ਦੇ ਕਹਿਣ 'ਤੇ ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਤਿੰਨਾਂ ਦੇ 16ਵੇਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤਥਾ ਸ਼ਹੀਦ ਸਿੰਘਾਂ ਦੇ ਇਹ ਦਿਨ ਹਰ ਸਾਲ ਮਈ ਈਵਨ ਅਪ੍ਰੈਲ 'ਚ ਦੀਵਾਨ ਸ਼ੁਰੂ ਹੋ ਜਾਂਦੇ ਆ ਜ਼ਿਲ੍ਹੇ ਗੁਰਦਾਸਪੁਰ 'ਚ ਅਤੇ ਮਈ 1 ਤੋਂ ਅੱਜ ਦੂਸਰੇ ਦਿਨ ਦਾ ਦੀਵਾਨ ਤੁਹਾਡੇ ਪਿੰਡ ਹੈ ਅਸੀਂ 6 ਜੂਨ ਨੂੰ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਇਸ ਸੰਸੇ 'ਚ ਕਿ ਸ਼ਹੀਦਾਂ ਦਾ ਪਹਿਰਾਵਾ ਸ਼ਹੀਦੋ ਸਾਡੇ ਵਾਸਤੇ ਰਾਹ ਦਿਖਾ ਗਏ ਹੋ ਰਾਹ 'ਤੇ ਤੁਰਨ ਦੇ ਧਾਰਨੀ ਦੀ ਤਾਕਤ ਬਖਸ਼ੋ ਲੰਮਾ ਸਮਾਂ ਨਾ ਲਵਾਂ ਮਹਾਂਪੁਰਖਾਂ ਤੋਂ ਬਾਅਦ ਉਹਨਾਂ ਦੇ ਹੁਕਮ ਨਾਲ 2 ਮਿੰਟ ਸਮਾਂ ਲਵਾਂਗਾ ਪਰ ਅਜੀਬ ਅਤੇ ਦੁਖਦਾਇਕ ਇਸ ਵੇਲੇ ਮੁਦਰਾ 'ਚ ਵਿਚਰਦੇ ਹੋਏ ਮਹਾਂਪੁਰਖ ਇੱਥੇ ਆਏ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਮੈਂ ਉਹਨਾਂ ਦਾ ਸੰਗਤ ਵੱਲੋਂ ਪਿੰਡ ਧਿਓ ਦੇ ਜਿੰਨੇ ਵੀ ਨਾਗਰਿਕ ਹਨ ਆਲੇ ਦੁਆਲੇ ਦੇ ਪਿੰਡਾਂ ਵੱਲੇ ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਹਾਰਦਿਕ ਅਭਿਨੰਦਨ ਕਰਦਾ ਸਤਿਕਾਰ ਕਰਦਾ ਮਹਾਂਪੁਰਖ ਆਸਣ 'ਤੇ ਬਿਰਾਜਮਾਨ ਨੇ ਉਹਨਾਂ ਨੂੰ ਬੇਨਤੀ ਹੈ ਸੰਗਤ ਦੀ ਤ੍ਰਿਸ਼ਨਾ ਦੂਰ ਕਰਦੇ ਗੁਰੂ ਘਰ ਦਾ ਜੋ ਹੈ ਇਤਿਹਾਸ ਸਰਵਣ ਕਰਾਓ ਸਾਡਾ ਮਾਰਗ ਦਰਸ਼ਨ ਕਰੋ ਅਤੇ ਅਸੀਂ ਸੇਵਾ ਦੀਆਂ ਡਿਊਟੀਆਂ ਲਵਾਂਗੇ ਬਾਅਦ 'ਚ ਵਿਚਾਰਾਂ ਕਰਾਂਗੇ ਇਹਨਾਂ ਸ਼ਬਦਾਂ ਨਾਲ ਉਹਨਾਂ ਨੂੰ ਬੇਨਤੀ ਕਰਦਾ ਹੋਇਆ ਗਿਆ ਬਖਸ਼ਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦਤਾਬੋਂ ਗੁਰ ਹਿਰਦਤਾਬੋਂ ਸ੍ਰੀ ਗੁਰੂ ਰਾਮਦਾਸ ਗੁਣ ਗਾਵੋਂ ਸ੍ਰੀ ਅਰਜਨ ਬਿਗਨਾਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਏ ਨਾਮੋ ਕਰ ਜੋਰੀ ਨਾਮੋ ਗੋ
मोर हर कृष्ण मनाए बहोरी तेग बहादुर परम कृपाल परम कृपाल श्री गुरु गोबिंद सिंह विशाल तरों तरा पर पुन पुन शीस पुन पुन शीस बंदों बार जिसमें अमृत ज्ञान है माणक भगत वैराग श्री गुरु ग्रंथ साहिब बोध बंदों करे अनुराग श्री गुरु शब्द कमाए जिन जीते पंच विकार तिन संतन को वंदना सिर चरणन पर तार एकंकार सतगुरु तेह प्रसाद सच हो वाहिगुरु जी की फतेह बिघ्न विनाशन सोए सतनाम श्री वाहिगुरु साहिब जी दोहरा चिंगरण होते सो जात के बाला कृष्णा नाम संस्कृत विद्या बिखै पंडित बड अबराम चिंगरण होते सो जात के परम सम्मान योग गुरु रूप गुरु खालसा सत संग जी वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਪ੍ਰਤੱਖ ਸਰੂਪ ਸਤਿਗੁਰੂ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ 6 ਜੂਨ 1984 ਦੇ ਉਹ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਦੇ ਅੰਦਰ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਸੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ।
ਨਗਰ ਤਰਦੇਵਾਂ ਦੀਆਂ ਸੰਗਤਾਂ, ਜਿਸ ਨਗਰ ਦੇ ਗੁਰਸਿੱਖਾਂ ਨੇ ਜਦੋਂ 20 ਸਤੰਬਰ 1981 ਨੂੰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਲੱਖਾਂ ਸੰਗਤਾਂ ਦੇ ਜੁੜੇ ਇਕੱਠ ਵਿੱਚੋਂ ਸਮੁੱਚੇ ਖਾਲਸਾ ਪੰਥ ਦੀ ਹਾਜ਼ਰੀ ਵਿੱਚ ਉਹ ਸਮੇਂ ਦੀ ਜ਼ਾਲਮ ਹਕੂਮਤ ਨੇ ਗ੍ਰਿਫਤਾਰੀ ਕੀਤੀ ਸੀ। ਉਹ ਸਮੇਂ ਦੌਰਾਨ ਜਿਨ੍ਹਾਂ ਸਿੰਘਾਂ ਨੇ ਮਹਾਂਪੁਰਖਾਂ ਦੇ ਨਾਲ ਅਥਾਹ ਪਿਆਰ ਜਣਾਇਆ, ਮਹਾਂਪੁਰਖਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਦੋਂ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤਾਂ ਉਹ ਸਮੇਂ ਦੀ ਜ਼ਾਲਮ ਹਕੂਮਤ ਨੇ ਨਿਹੱਥੇ ਗੁਰਸਿੱਖਾਂ 'ਤੇ ਗੋਲੀਆਂ ਚਲਾ ਕੇ ਜਿਵੇਂ ਭੱਠੀ ਵਿੱਚ ਦਾਣੇ ਭੁੰਨੀ ਦੇ ਹੈ, ਇਸ ਤਰ੍ਹਾਂ 2 ਦਰਜਨ ਦੇ ਲਗਭਗ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਔਰ ਉਸ ਸਮੇਂ ਇਸ ਨਗਰ ਦੇ ਸਿੰਘ ਵੀ ਸਨ, ਉਹਨਾਂ ਸ਼ਹੀਦਾਂ ਵਿੱਚ ਸ਼ਹੀਦੀਆਂ ਦੇਣ ਵਾਲੇ। ਸੋ ਇਸ ਨਗਰ ਦਾ ਬਹੁਤ ਹੀ ਸਨੇਹ ਦਮਦਮੀ ਟਕਸਾਲ ਦੇ ਨਾਲ ਤਾਨੇ ਨਗਰ, ਜਿਸ ਨਗਰ ਦੇ ਸਿੰਘਾਂ ਨੇ ਮਹਾਂਪੁਰਖਾਂ ਨਾਲ ਸਾਧ ਸੰਗਤ ਜੀ ਇਤਨਾ ਪਿਆਰ ਇਤਨਾ ਸਨੇਹ ਜਣਾਇਆ ਕਿ ਆਪਣੇ ਸਰੀਰ ਵੀ ਆਪਣੀਆਂ ਜਾਨਾਂ ਵੀ ਉਹਨਾਂ ਦੇ ਉੱਤੋਂ ਦੀ ਕੁਰਬਾਨ ਕਰ ਦਿੱਤੀਆਂ। ਇਹ ਸ਼ਹੀਦਾਂ ਦਾ ਨਗਰ ਹੈ, ਕੁਰਬਾਨੀ ਵਾਲੇ ਗੁਰਸਿੱਖਾਂ ਦਾ ਨਗਰ ਹੈ। ਸੋ ਸਾਰਾ ਨਗਰ ਮਿਲ ਕੇ ਹਰ ਸਾਲ ਸ਼ਹੀਦੀ ਸਮਾਗਮਾਂ ਦੀ ਲੜੀ ਇਸ ਅਸਥਾਨ 'ਤੇ ਨਗਰ ਵੱਲੋਂ ਬੜੇ ਉਤਸ਼ਾਹ ਦੇ ਨਾਲ ਰੱਖਦਾ ਹੈ। ਆਪ ਜੀ ਨੇ ਸ਼ਾਮ ਦੇ ਦੀਵਾਨ ਵਿੱਚ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਵਨ ਪਾਠ ਸਰਵਣ ਕਰਨ ਤੋਂ ਉਪਰੰਤ ਦਮਦਮੀ ਟਕਸਾਲ ਦੇ ਵਿਦਿਆਰਥੀ ਛੋਟੇ ਭਟੰਗੀ ਸਿੰਘਾਂ ਤੋਂ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉਸ ਤੋਂ ਉਪਰੰਤ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਆਪ ਜੀ ਨੇ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਰਸ ਮਾਣਿਆ, ਆਨੰਦ ਮਾਣਿਆ ਹੈ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜਿਹੜੇ ਗੁਰਸਿੱਖ ਆ ਕੇ ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰ ਰਹੇ ਹਨ, ਉਹਨਾਂ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਇਹ ਲੜੀਵਾਰ ਕਥਾ ਚੱਲ ਰਹੀ ਹੈ। ਬਹੁਤ ਹੀ ਰਸਦਾਇਕ ਕਥਾ ਹੈ। ਇਹ 2 ਸਿੱਖਾਂ ਨੇ, ਇੱਕ ਭਾਈ ਬਾਲਾ, ਇੱਕ ਭਾਈ ਕਿਸ਼ਨਾ, ਔਰ ਇਹ 2 ਸਿੱਖ ਬੜੇ ਭਾਰੀ ਸਮੇਂ ਦੇ ਪ੍ਰਸਿੱਧ ਵਿਦਵਾਨ, ਸੰਗਤਾਂ ਦੇ ਵਿੱਚ ਬੜੀ ਸੁੰਦਰ ਕਥਾ ਕਰਨ ਵਾਲੇ, ਔਰ ਸ਼ਾਸਤਰਾਂ ਦੇ, ਸੰਸਕ੍ਰਿਤ ਦੇ ਅਤੇ ਹੋਰ ਗੋਹਜ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਐਸੀ ਕਥਾ ਕਰਦੇ ਹੈ ਕਿ ਸੁਣਨ ਵਾਲੇ ਸਰੋਤਿਆਂ ਦੇ ਮਨ ਖਿੱਚੇ ਜਾਂਦੇ ਆ। ਔਰ ਇਹਨਾਂ ਦੀ ਕਥਾ ਨੂੰ ਸੁਣ ਕੇ ਸਰੋਤੇ ਇੰਨੇ ਪ੍ਰਭਾਵਿਤ ਹੁੰਦੇ ਹੈ ਕਿ ਇਹਨਾਂ ਦੀ ਕਥਾ ਦਾ ਰਸ
ਇਤਨਾ ਜ਼ਿਆਦਾ ਹੈ ਕਿ ਲੋਕ ਔਰ ਸਤਸੰਗੀ ਬਾਰ ਬਾਰ ਇਹਨਾਂ ਤੋਂ ਕਥਾ ਸੁਣ ਕੇ ਬੜੀ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਪਰ ਸਤਸੰਗ ਜੀ, ਇਹਨਾਂ ਦੇ ਆਪਣੇ ਮਨ ਨੂੰ ਸ਼ਾਂਤੀ ਨਹੀਂ ਹੈ। ਲੋਕਾਂ ਨੂੰ ਪ੍ਰਸੰਨ ਅਤੇ ਆਨੰਦ ਕਰਨਾ ਤਾਂ ਜਾਣਦੇ ਹੈ, ਸ਼ਾਂਤ ਕਰਨਾ ਤਾਂ ਜਾਣਦੇ ਹੈ, ਇਹ ਵਿੱਦਿਆ ਦੀ ਕਲਾ ਹੈ ਇਹਨਾਂ ਕੋਲ। ਸਤਸੰਗ ਜੀ, ਵਿੱਦਿਆ ਵੀ ਇੱਕ ਸਿੱਧੀ ਮੰਨੀ ਹੈ, ਜਿਵੇਂ ਨੌ ਨਿਧੀਆਂ 18 ਸਿੱਧੀਆਂ ਹਨ। ਮਨੁੱਖ ਕੋਲ ਵਿੱਦਿਆ ਹੁੰਦੀ ਹੈ ਤਾਂ ਵਿੱਦਿਆ ਦੇ ਪ੍ਰਤਾਪ ਨਾਲ ਮਨੁੱਖ ਆਪਣੀ ਪੂਜਾ ਵੀ ਕਰਵਾ ਲੈਂਦਾ, ਸਤਿਕਾਰ ਵੀ ਕਰਾ ਲੈਂਦਾ, ਵਿੱਦਿਆ ਦੇ ਬਲ ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਲੈਂਦਾ। ਵਿੱਦਿਆ ਇੱਕ ਐਸਾ ਗੁਣਾਂ ਦਾ ਖਜ਼ਾਨਾ ਹੈ, ਪਰ ਵਿਦਵਾਨ ਜ਼ਰੂਰ ਹਨ ਪਰ ਮਨ ਨੂੰ ਸ਼ਾਂਤੀ ਨਹੀਂ ਹੈ ਇਹਨਾਂ ਦੇ। ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮਨ ਦੀ ਸ਼ਾਂਤੀ ਲਈ, ਆਪਣੇ ਹਿਰਦੇ ਨੂੰ ਸ਼ਾਂਤ ਕਰਨ ਵਾਸਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਰਹੇ ਹਨ। ਇਹ ਬਹੁਤ ਹੀ ਰਸਦਾਇਕ ਇਹਨਾਂ ਪ੍ਰਸੰਗਾਂ ਦੀ ਕਥਾ ਹੈ। ਜੇ ਪੂਰਾ ਧਿਆਨ ਦੇਵਾਂਗੇ, ਪੂਰੀ ਇਕਾਗਰਤਾ ਨਾਲ ਇੱਕ ਇੱਕ ਸ਼ਬਦ ਸੁਣਾਂਗੇ, ਫਿਰ ਹੀ ਆਪਾਂ ਨੂੰ ਕਥਾ ਦਾ ਅਸਲੀ ਰਸ ਵੀ, ਅਸਲੀ ਕਥਾ ਦਾ ਜੋ ਸਿਧਾਂਤ ਹੈ, ਜੋ ਤਾਤਪਰਜ ਹੈ, ਉਹ ਸਾਡੀ ਸਮਝ ਗੋਚਰੇ ਹੋਏਗਾ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿੰਗਰਨ ਹੁਤੇ ਸੋ ਜਾਤ ਕੇ। ਚਿੰਗਰਨ ਜਾਤੀ ਖੱਤਰੀਆਂ ਦੀ ਮੰਨੀ ਹੈ। ਉਦੋਂ ਸਿੱਖ ਸਾਰੀਆਂ ਜਾਤੀਆਂ ਵਿੱਚੋਂ ਆ ਕੇ ਗੁਰੂ ਘਰ ਦੇ ਪ੍ਰੇਮੀ ਬਣਦੇ, ਸਿੱਖ ਬਣਦੇ, ਸਿੱਖੀ ਦਾ ਦਾਨ ਸਤਿਗੁਰਾਂ ਦੇ ਚਰਨਾਂ ਤੋਂ ਪ੍ਰਾਪਤ ਕਰਿਆ ਕਰਦੇ ਸਨ। ਨਾਲੇ ਸੰਗਤ ਜੀ, ਗੁਰੂ ਘਰ ਜਿਹੜਾ ਐਸਾ ਮਹਾਨ ਬਖਸ਼ਿਸ਼ਾਂ ਦਾ ਦਰ ਹੈ, ਇਸ ਘਰ ਵਿੱਚ ਕੋਈ ਆ ਜਾਏ, ਇਸ ਦਰ 'ਤੇ ਕੋਈ ਆ ਜਾਏ, ਭਾਵੇਂ ਕੋਈ ਉੱਚੀ ਜਾਤੀ ਦਾ, ਭਾਵੇਂ ਕੋਈ ਨੀਵੀਂ ਜਾਤੀ ਦਾ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਦਰਮਿਆਨਾ ਹੈ, ਹਰ ਇੱਕ ਨੂੰ ਗੁਰੂ ਘਰ ਆਪਣੇ ਗਲ ਨਾਲ ਲਾਉਂਦਾ ਹੈ। ਇਸ ਕਰਕੇ ਇਹ ਝਿੰਗਰਨ ਜਾਤੀ ਦੇ ਦੋ ਸਿੱਖ ਹਨ, ਜਿਨ੍ਹਾਂ ਦੀ ਜਾਤੀ ਦਾ ਇਹ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ 11ਵੀਂ ਵਾਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਦੇ ਤੱਕ ਜਿਹੜੇ ਨਾਮੀ ਨਾਮੀ ਸਿੱਖ ਹੋਏ, ਉਹਨਾਂ ਦੇ ਨਾਮ ਵੀ ਉਹਨਾਂ ਦੇ ਨਾਮ ਨਾਲ ਜੋ ਖਾਸ ਸ਼ਬਦ ਜੁੜੇ ਸਨ, ਜਾਂ ਕੋਈ ਕਿਸੇ ਜਾਤੀ ਵਿੱਚੋਂ ਆ ਕੇ ਸਿੱਖ ਬਣਿਆ, ਜਾਤੀ ਦਾ ਜ਼ਿਕਰ ਤਾਂ ਕਰਕੇ ਹੋਇਆ ਕਰਦਾ ਸੀ, ਜਾਤ ਅਭਿਮਾਨੀ ਲੋਕ ਉੱਚੀਆਂ ਜਾਤਾਂ ਵਾਲੇ ਸਿੱਖਾਂ ਨਾਲ ਨਫ਼ਰਤ ਕਰਦੇ ਸਨ। ਕਿਉਂ ਕਰਦੇ ਸਨ? ਕਿ ਅਸੀਂ ਉੱਚੀਆਂ ਜਾਤਾਂ ਵਾਲੇ ਹੈ, ਜਿਹੜਾ ਸਿੱਖ ਧਰਮ ਹੈ ਨੀਵੀਂ ਜਾਤੀਆਂ ਵਾਲੇ ਲੋਕਾਂ ਦਾ ਇੱਕ ਧਰਮ ਹੈ, ਤਾਂ ਕਰਕੇ ਉੱਚੀ ਜਾਤੀ ਵਾਲੇ ਲੋਕ ਸਿੱਖ ਪੰਥ ਨਾਲ ਈਰਖਾ ਕਰਦੇ ਸਨ, ਨਫ਼ਰਤ ਵੀ ਕਰਦੇ ਸਨ। ਪਰ ਸਤਿਗੁਰਾਂ ਨੇ ਐਸੀ ਸ਼ਕਤੀ ਵਰਤਾਈ
ਕਿ ਉੱਚੀ ਜਾਤੀ ਵਾਲਿਆਂ ਨੂੰ ਵੀ ਹੌਲੀ ਹੌਲੀ ਗੁਰੂ ਘਰ ਵਿੱਚ ਆ ਕੇ ਸਿੱਖੀ ਧਾਰਨ ਕਰਨੀ ਪਈ। ਇਹ ਗੁਰੂ ਦਾ ਪ੍ਰਤਾਪ ਹੀ ਐਸਾ ਹੈ। ਤਾਂ ਕਰਕੇ ਫਿਰ ਉਹ ਜ਼ਿਕਰ ਕੀਤਾ ਜਾਂਦਾ ਸੀ ਕਿ ਵੀ ਇਸ ਦਰ ਵਿੱਚ ਆਪਣੇ ਆਪ ਨੂੰ ਉੱਚੀਆਂ ਜਾਤੀਆਂ ਵਾਲੇ ਵੱਡੇ ਮੰਨਣ ਵਾਲੇ ਲੋਕ ਵੀ ਸਿੱਖੀ ਧਾਰਨ ਕਰਦੇ ਔਰ ਗੁਰੂ ਘਰ ਨਾਲ ਜੁੜਦੇ ਸਨ। ਤਾਂ ਇਹ ਜ਼ਿਕਰ ਹੈ, ਇਹ ਕੋਈ ਜਾਤ ਅਭਿਮਾਨ ਦਾ ਪੱਖ ਨਹੀਂ, ਇਹ ਤਾਂ ਕੇਵਲ ਗੁਰੂ ਪੰਥ ਦੀ ਵਿਸ਼ੇਸ਼ਤਾ ਨੂੰ ਜਣਾਉਣ ਵਾਸਤੇ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ। ਚੂੜਾਮਣ ਕਵੀ ਮਹਾਨ ਵਿਦਵਾਨ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਨੇ ਵੀ ਉਵੇਂ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਸਾਰਾ ਜ਼ਿਕਰ ਕੀਤਾ ਹੈ। ਝਿੰਗਰਨ ਜਾਤੀ ਦੇ ਸਿੱਖ ਹਨ ਦੋਨੇ, ਬਾਲਾ ਕਿਸਨਾ ਨਾਮ, ਇੱਕ ਦਾ ਨਾਮ ਭਾਈ ਬਾਲਾ ਹੈ, ਦੂਸਰੇ ਦਾ ਨਾਮ ਭਾਈ ਕਿਸ਼ਨਾ ਹੈ। ਸੰਸਕ੍ਰਿਤ ਵਿਦਿਆ ਵਿਖੇ, ਸੰਸਕ੍ਰਿਤ ਜਿਹੜੀ ਵਿਦਿਆ ਸੀ ਨਾ, ਇਹ ਪੜ੍ਹਨੀ ਬੜੀ ਕਠਿਨ ਸੀ। ਸੰਸਕ੍ਰਿਤ ਦਾ ਤਾਂ ਇੱਥੋਂ ਤੱਕ ਅਧਿਕਾਰ ਸੀ ਕਿ ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣ ਹੀ ਪੜ੍ਹਾ ਸਕਦਾ, ਹੋਰ ਕੋਈ ਇਸ ਵਿੱਦਿਆ ਨੂੰ ਪੜ੍ਹ ਹੀ ਨਹੀਂ ਸਕਦਾ ਸੀ। ਇਹਨੂੰ ਦੇਵ ਬਾਣੀ ਲੋਕ ਕਿਹਾ ਕਰਦੇ ਸਨ, ਜਿਹੜੇ ਵਿਦਵਾਨ ਬ੍ਰਾਹਮਣ ਹੁੰਦੇ ਸਨ। ਔਰ ਖੱਤਰੀ ਪੜ੍ਹ ਸਕਦਾ ਪਰ ਅੱਗੇ ਨਹੀਂ ਪੜ੍ਹਾ ਸਕਦਾ, ਵੈਸ ਸੁਣ ਸਕਦਾ ਨਾ, ਪੜ੍ਹ ਸਕਦਾ ਨਾ ਪੜ੍ਹਾ ਸਕਦਾ। ਸ਼ੂਦਰ ਨੀਵੀਂ ਜਾਤੀ ਵਾਲਾ ਜੇ ਕਿਤੇ ਸੁਣ ਵੀ ਲਵੇ, ਜੇ ਉਹ ਪੜ੍ਹ ਲਵੇ ਤਾਂ ਉਹਦੀ ਵਿਚਾਰੇ ਦੀ ਜਮਾਨ ਕੱਟ ਦਿੱਤੀ ਜਾਂਦੀ ਸੀ, ਜੇ ਸੁਣ ਲਵੇ ਤਾਂ ਉਹਦੇ ਕੰਨਾਂ ਵਿੱਚ ਢਾਲ ਕੇ ਸਿੱਕਾ ਪਾ ਦਿੱਤਾ ਜਾਂਦਾ ਸੀ। ਇੰਨੇ ਜ਼ੁਲਮ ਜਾਤ ਅਭਿਮਾਨੀ ਲੋਕ ਗਰੀਬਾਂ ਦੇ ਉੱਤੇ ਕਰਦੇ ਸਨ, ਆਪ ਤੋਂ ਨੀਵੀਆਂ ਜਾਤੀਆਂ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਲੋਕ। ਸੰਸਕ੍ਰਿਤ ਕੋਈ ਵਿਰਲਾ ਹੀ ਪੜ੍ਹ ਸਕਦਾ ਸੀ, ਬੜੀ ਕਠਿਨ ਔਖੀ ਭਾਸ਼ਾ ਸੀ। ਪਰ ਇਹ ਜਿਹੜੇ ਪੰਡਿਤ ਸਨ, ਇਹਨਾਂ ਨੇ ਸੰਸਕ੍ਰਿਤ ਵਿੱਦਿਆ ਸਾਰੀ ਬੜੀ ਮਿਹਨਤ ਨਾਲ ਪੜ੍ਹੀ ਹੋਈ ਸੀ। ਪੰਡਿਤ ਵੱਡ ਅਭਿਰਾਮ, ਪੰਡਿਤ ਦਾ ਅਰਥ ਹੁੰਦਾ ਵਿਦਵਾਨ, ਵਿਦਵਾਨਾਂ ਵਾਲੀ ਬੁੱਧੀ ਰੱਖਣ ਵਾਲਾ ਪੰਡਾ। ਪੰਡਿਤ ਜਾਤੀ ਦਾ ਨਾਮ ਨਹੀਂ, ਜਾਤੀ ਬ੍ਰਾਹਮਣ ਹੈ। ਬ੍ਰਾਹਮਣ ਸਾਰੇ ਪੰਡਿਤ ਨਹੀਂ ਹੁੰਦੇ ਸਨ, ਬ੍ਰਾਹਮਣ ਖੇਤੀ ਵੀ ਕਰਦੇ ਸਨ, ਅੱਜ ਵੀ ਕਰਦੇ ਹੈ, ਬ੍ਰਾਹਮਣ ਦੁਕਾਨਾਂ ਵੀ ਖੋਲ੍ਹਦੇ ਹਨ, ਬ੍ਰਾਹਮਣ ਵਪਾਰ ਵੀ ਕਰਦੇ ਹੈ। ਪਰ ਜਿਹੜਾ ਬ੍ਰਾਹਮਣਾਂ ਵਿੱਚੋਂ ਵਿੱਦਿਆ ਪੜ੍ਹ ਜਾਂਦਾ ਉਹਨੂੰ ਪੰਡਿਤ ਦਾ ਦਰਜਾ ਦਿੱਤਾ ਜਾਂਦਾ ਸੀ ਵੀ ਇਹ ਉੱਚ ਕੋਟੀ ਦਾ ਵਿਦਵਾਨ ਹੈ, ਤਾਂ ਇਹਨੂੰ ਪੰਡਿਤ ਕਿਹਾ ਜਾਂਦਾ ਸੀ। ਇਸ ਕਰਕੇ ਇਹ ਆਪਣੇ ਸਮੇਂ ਦੇ ਬੜੇ ਵੱਡੇ ਪੰਡਿਤ, ਬੜੇ ਵੱਡੇ ਵਿਦਵਾਨ, ਸੁੰਦਰ ਅਭਰਾਮ ਦਾ ਅਰਥ ਹੁੰਦਾ ਸੁੰਦਰ, ਆਪਣੇ ਸਮੇਂ ਦੇ ਬੜੇ ਸੁੰਦਰ ਸ੍ਰੇਸ਼ਟ ਮਹਾਨ ਵਿਦਵਾਨ ਸਨ। ਚੌਪਈ ਸੋ ਜਬ ਕਥਾ ਕਰਤ ਨਰ ਮਾਹੀ, ਲੋਕਾਂ ਦੇ ਵਿੱਚ ਬੈਠ ਕੇ ਜਦੋਂ ਇਹ ਕਥਾ ਸੁਣਾਉਂਦੇ ਸਨ, ਸੁਨਹਿ ਬ੍ਰਿੰਦ ਉਰ ਹਰਖ ਉਪਾਹੀ, ਬਹੁਤ ਲੋਕ ਇਹਨਾਂ ਕੋਲੇ ਬੈਠ ਕੇ ਇਹਨਾਂ ਕੋਲੋਂ ਕਥਾ ਸੁਣਦੇ ਔਰ ਲੋਕਾਂ ਦਾ ਮਨ ਬਹੁਤ ਪ੍ਰਸੰਨ ਹੋ ਜਾਂਦਾ, ਲੋਕਾਂ ਦੇ ਅੰਦਰ ਐਨ ਖੁਸ਼ੀ ਭਾਵ, ਲੋਕਾਂ ਦੇ ਹਿਰਦੇ ਨੂੰ
ਐਨ ਪ੍ਰਸੰਨ ਕਰਦਿਆ ਕਰਦੇ, ਐਸੀ ਸੁੰਦਰ ਸ਼ਾਸਤਰਾਂ ਦੀ ਗ੍ਰੰਥਾਂ ਦੀ ਕਥਾ ਕਰਿਆ ਕਰਦੇ, ਅੱਛੀ ਰੀਤ ਸੁਣਾਵਨ ਕਰਹੀ, ਚੰਗੀ ਰੀਤੀ ਢੰਗ ਨਾਲ ਕਥਾ ਸੁਣਾਉਣੀ, ਕਿਤੋਂ ਲੱਤ ਫੜ ਲਈ, ਕਿਤੋਂ ਬਾਂਹ ਫੜ ਲਈ, ਕਿਤੋਂ ਪੈਰ ਫੜ ਲਿਆ, ਕਿਤੋਂ ਹੱਥ ਫੜ ਲਿਆ, ਇਹ ਕੋਈ ਕਥਾ ਦਾ ਨਾਮ ਨਹੀਂ। ਜਾਂ ਚੁਟਕਲੇ ਸੁਣਾਉਣ ਲੱਗ ਗਿਆ, ਮਨ ਘੜਤ ਗੱਲਾਂ ਹੀ ਬਣਾ ਬਣਾ ਕੇ ਸੁਣਾਈ ਜਾਏ, ਇਹ ਕਥਾ ਦਾ ਨਾਮ ਨਹੀਂ ਹੈ। ਜੇ ਗੁਰਬਾਣੀ ਦੀ ਕਥਾ ਕਰਨੀ ਹੈ ਤਾਂ ਗੁਰਬਾਣੀ ਦੇ ਸਿਧਾਂਤ, ਗੁਰਬਾਣੀ ਦੇ ਆਸ਼ੇ ਅਨੁਸਾਰ। ਜੇ ਗੁਰ ਇਤਿਹਾਸ ਦੀ ਕਥਾ ਤਾਂ ਗੁਰ ਇਤਿਹਾਸ ਦੇ ਆਸ਼ੇ ਅਨੁਸਾਰ। ਔਰ ਇਹ ਤਾਂ ਹੀ ਕਰੇਗਾ ਜੇ ਪਹਿਲਾਂ ਵਿੱਦਿਆ ਪੜ੍ਹੇਗਾ ਗੁਰੂ ਘਰ ਵਿੱਚ ਟਕਸਾਲ ਵਿੱਚ ਆ ਕੇ, ਤਾਂ ਹੀ ਕਥਾ ਕਰਨੀ ਆਏਗੀ। ਟੀਕੇ ਪੜ੍ਹ ਕੇ ਤਾਂ ਬਹੁਤ ਲੋਕ ਕਥਾ ਕਰਨ ਲੱਗ ਜਾਂਦੇ ਹੈ, ਪਰ ਟੀਕਿਆਂ ਵਿੱਚ ਬਿਨਾਂ ਵਿੱਦਿਆ ਪੜ੍ਹੇ ਤੋਂ ਸਾਧ ਸੰਗਤ ਜੀ ਉਹ ਅਰਥ ਗੁਰਬਾਣੀ ਦੇ, ਗੁਰ ਇਤਿਹਾਸ ਦੇ, ਗੁਰੂ ਘਰ ਦੇ ਧਾਰਮਿਕ ਗ੍ਰੰਥਾਂ ਦੇ ਉਹ ਇਤਿਹਾਸ ਦੇ ਵਿੱਚੋਂ ਜਾਂ ਗੁਰਬਾਣੀ ਵਿੱਚੋਂ ਜਿਹੜੇ ਔਖੇ ਸ਼ਬਦ ਹੈ ਉਹ ਵਿੱਦਿਆ ਪੜ੍ਹੀ ਤੋਂ ਬਿਨਾਂ ਅਰਥਾਂ ਦਾ ਗਿਆਨ ਨਹੀਂ ਹੁੰਦਾ। ਇਸ ਕਰਕੇ ਵਿੱਦਿਆ ਪੜ੍ਹਨੀ ਬੜੀ ਜ਼ਰੂਰੀ ਹੈ। ਇਹ ਜਦੋਂ ਕਥਾ ਕਰਦੇ ਆ ਬੜੇ ਚੰਗੇ ਢੰਗ ਨਾਲ, ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਕਥਾ ਸੁਣਾਉਂਦੇ ਹਨ, ਰੀਝੇ ਸਗਰੇ ਸੁਜਸ ਉਚਰਹੀ, ਸਾਰੇ ਲੋਕ ਇਹਨਾਂ ਦੀ ਕਥਾ ਸੁਣ ਕੇ ਰੀਝ ਜਾਂਦੇ ਆ, ਐਨ ਇਹਨਾਂ ਨਾਲ ਮਨੋਂ ਜੁੜ ਜਾਂਦੇ ਆ, ਔਰ ਇਹਨਾਂ ਦਾ ਜਸ ਉਚਾਰਦੇ ਆ ਵੀ ਕਿੱਡੇ ਵੱਡੇ ਮਹਾਨ ਵਿਦਵਾਨ, ਕਿੰਨੀ ਸੁੰਦਰ ਕਥਾ ਕਰਦੇ ਆ, ਲੋਕ ਇਹਨਾਂ ਦੀ ਵਿਦਵਾਨ ਦੇ ਤੌਰ ਤੇ ਬੜੀ ਮਹਿਮਾ ਕਰਦੇ, ਵਡਿਆਈ ਕਰਦੇ। ਤਿੰਨੋਂ ਪਿਖੇ ਸਿੱਖ ਜਾਤ ਕਨੇਰੇ, ਇਹਨਾਂ ਨੇ ਇੱਕ ਵਾਰੀ ਵੇਖਿਆ ਕਿ ਗੁਰੂ ਕੇ ਸਿੱਖ ਦੂਜੀਆਂ ਜਾਤਾਂ ਵਿੱਚੋਂ ਲੋਕ ਬਹੁਤ ਸਿੱਖੀ ਧਾਰਨ ਕਰ ਕਰਕੇ ਸਿੱਖ ਬਣਦੇ ਜਾ ਰਹੇ ਆ, ਔਰ ਜਦੋਂ ਇਹਨਾਂ ਨੇ ਕਿਸੇ ਪਾਸੇ ਜਾਣਾ, ਸਿੱਖਾਂ ਦੇ ਦਰਸ਼ਨ ਹੋਣੇ ਔਰ ਸਿੱਖਾਂ ਨੂੰ ਤੁਰੇ ਜਾਂਦੇ ਆ, ਭਾਵ ਕਿੱਧਰ ਨੂੰ, ਸੰਗਤਾਂ ਸ਼ਬਦ ਪੜ੍ਹਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰੀਆਂ ਜਾਂਦੀਆਂ, ਗੁਰਸਿੱਖ ਸ਼ਬਦ ਪੜ੍ਹਦੇ ਜਾਂਦੇ ਆ ਬੜੇ ਆਨੰਦ ਵਿੱਚ, ਬੜੇ ਰੰਗ ਵਿੱਚ, ਬੜੀ ਸ਼ਾਂਤੀ ਵਿੱਚ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖ ਜਥਿਆਂ ਦੇ ਜਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੁਰੇ ਜਾਂਦੇ ਆ। ਜਦੋਂ ਇਹਨਾਂ ਨੇ ਦੇਖਿਆ ਕਿ ਬਹੁਤ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਆ, ਬਾਂਛਤ ਪਾਏ ਗੁਰੂ ਮੁਖ ਹੇਰੇ, ਇਹਨਾਂ ਦੇ ਮਨ ਵਿੱਚ ਇੱਕੋ ਹੀ ਬਾਂਛਤ ਇੱਛਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਜਾਣਾ, ਸਤਿਗੁਰੂ ਦੇ ਦਰਸ਼ਨ ਕਰਨ। ਅੱਜ ਕੱਲ੍ਹ ਵਾਂਗੂ ਨਹੀਂ, ਸਿੱਖ ਸ਼ਬਦ ਪੜ੍ਹਦੇ ਜਾਂਦੇ, ਬਾਣੀ ਪੜ੍ਹਦੇ ਜਾਂਦੇ, ਸੰਗਤ ਰੂਪ ਵਿੱਚ ਸੰਗਤਾਂ, ਸਾਧ ਸੰਗਤ ਜੀ ਗੁਰੂ ਕੇ ਦਰਸ਼ਨ ਕਰਨ ਜਾਇਆ ਕਰਦੀਆਂ ਸਨ। ਇੱਕ ਸਾਧ ਸੰਗਤ ਜੀ, ਕੋਈ ਇਸ ਢੰਗ ਨਾਲ ਨਹੀਂ ਜਾਂਦਾ ਸੀ ਕਿ ਅਸੀਂ ਜਿਵੇਂ ਲੋਕ ਵੱਖ ਵੱਖ ਥਾਵਾਂ ਦੇ ਉੱਤੇ ਜੋ ਜਗ੍ਹਾ ਜੋ ਥਾਂ ਬਣੇ ਹੁੰਦੇ ਹੈ ਕਿ ਫਲਾਨੀ ਥਾਂ 'ਤੇ ਜਾਓ, ਉੱਥੇ ਆਹ ਵੇਖ ਕੇ ਆਓ, ਉੱਥੇ ਆਹ ਵੇਖ ਕੇ ਆਓ, ਇਹ ਯਾਤਰਾ ਕਰਨ ਵਾਲੇ ਸਪੋਟ ਨਹੀਂ ਸਨ। ਸਿੱਖ ਜਾਂਦੇ ਸਨ ਸ਼ਰਧਾ ਨਾਲ,
ਸਿੱਖ ਜਾਂਦੇ ਸਨ ਭਾਵਨਾ ਨਾਲ ਕਿ ਸਤਿਗੁਰੂ ਦੇ ਦਰਸ਼ਨ ਕਰਨ ਜਾਣਾ, ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨ ਜਾਣਾ, ਸਤਿਗੁਰੂ ਦੇ ਬਚਨ ਸੁਣਨੇ ਹੈ। ਇਸ ਕਰਕੇ ਭਾਵਨਾ ਨਾਲ ਸਿੱਖ ਜਾਂਦੇ ਸਨ, ਸ਼ਰਧਾ ਨਾਲ ਜਾਂਦੇ ਸਨ ਕਿ ਸਤਿਗੁਰੂ ਦੇ ਦਰਸ਼ਨ ਕਰਨ ਜਾਣਾ ਹੈ। ਸੁਣ ਉਪਦੇਸ਼ ਤਿਆਗ ਲੱਭ ਰੋਸ। ਔਰ ਸਿੱਖਾਂ ਵਿੱਚ ਜਦੋਂ ਦੇਖਿਆ ਕਿ ਇੰਨੇ ਗੁਣ ਹੈ ਕਿ ਜਿਹੜਾ ਸਿੱਖ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਸੁਣਦਾ ਨਾ, ਉਹ ਲੱਭ ਲਾਲਚ ਵੀ ਤਿਆਗ ਦਿੰਦਾ, ਕ੍ਰੋਧ ਵੀ ਛੱਡ ਦਿੰਦਾ। ਭਾਵ ਔਗੁਣ ਉਹਨਾਂ ਨੇ ਤਿਆਗ ਦਿੱਤੇ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣ ਗਏ ਹੈ। ਤਰ ਹਿਰਦੈ ਮੈਂ ਸਤ ਸੰਤੋਸ਼। ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੈ, ਸੱਚ ਬੋਲਦੇ ਹੈ, ਸੰਤੋਖ ਰੱਖਦੇ ਹੈ, ਨਾ ਲਾਲਚ ਹੈ ਨਾ ਲੋਭ ਹੈ। ਇਤ ਆਦਿਕ ਗੁਣ ਹਿਰਦੈ ਵਿਚਾਰੇ। ਇਤ ਆਦਿਕ ਸਿੱਖਾਂ ਨੂੰ ਵੇਖ ਵੇਖ ਕੇ ਮਨ ਵਿੱਚ ਸੋਚਦੇ ਹੈ ਕਿ ਇਹਨਾਂ ਸਿੱਖਾਂ ਵਿੱਚ ਇੰਨੇ ਗੁਣ ਹੈ, ਇਹਨਾਂ ਅੰਦਰ ਸ਼ਾਂਤੀ ਹੈ, ਨਾ ਇਹਨਾਂ ਅੰਦਰ ਕ੍ਰੋਧ ਹੈ, ਨਾ ਕੋਈ ਲਾਲਚ ਹੈ, ਨਾ ਕੋਈ ਤ੍ਰਿਸ਼ਨਾ ਹੈ, ਸੱਚ ਬੋਲਦੇ ਹੈ, ਸਤ ਧਰਮ ਦੀ ਕਿਰਤ ਕਰਦੇ ਹੈ, ਬੜੇ ਐਸੇ ਸ਼ੁਭ ਗੁਣਾਂ ਦੇ ਮਾਲਕ ਇਹ ਸਿੱਖ ਹਨ। ਸਿੱਖਾਂ ਦੇ ਗੁਣਾਂ ਨੂੰ ਵੇਖ ਵੇਖ ਕੇ ਮਨ ਵਿੱਚ ਸਿੱਖਾਂ ਦੀ ਰਹਿਣੀ, ਸਿੱਖਾਂ ਦੀ ਕਰਨੀ, ਸਿੱਖਾਂ ਦੀ ਬਹਿਣੀ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੁੰਦੇ ਹਨ। ਗੁਰ ਦਰਸ਼ਨ ਕੇ ਹੇਤ ਸਿਧਾਰੇ। ਇਹਨਾਂ ਨੇ ਸੋਚਿਆ ਕਿ ਜਿਵੇਂ ਇਹਨਾਂ ਸਿੱਖਾਂ ਉੱਤੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੋਈ, ਇਹਨਾਂ ਦੇ ਵਿਕਾਰ ਮੇਟ ਦਿੱਤੇ, ਔਗੁਣ ਛਡਾ ਦਿੱਤੇ, ਇਹਨਾਂ ਉੱਤੇ ਮਹਾਨ ਰਹਿਮਤਾਂ ਕਰ ਦਿੱਤੀਆਂ, ਅਸੀਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਈਏ, ਸਾਡੇ ਉੱਤੇ ਵੀ ਕੋਈ ਕਿਰਪਾ ਹੋ ਸਕਦੀ ਹੈ। ਇਉਂ ਭਾਵਨਾ ਧਾਰ ਕੇ ਸਿੱਖਾਂ ਵੱਲ ਵੇਖ ਵੇਖ ਕੇ, ਚੰਗਾ ਸਿੱਖ ਹੋਵੇ ਨਗਰ ਵਿੱਚ, ਪਰਿਵਾਰ ਵਿੱਚ ਦੂਜਾ ਪਰਿਵਾਰ ਵੀ ਨਾਲ ਜੁੜ ਜਾਂਦਾ ਗੁਰਸਿੱਖੀ ਦੇ, ਚੰਦਨ ਦਾ ਬੂਟਾ ਸਾਰੇ ਹੀ ਸਾਧ ਸੰਗਤ ਜੀ ਜੰਗਲ ਨੂੰ ਆਪਣੇ ਵਰਗਾ ਬਣਾ ਲੈਂਦਾ। ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਨੇੜੇ ਰਹਿਣ ਵਾਲੇ ਸਾਰੇ ਚੰਦਨ ਬਣ ਜਾਂਦੇ। ਇੱਕ ਗੁਰਸਿੱਖ ਚੰਗਾ ਹੋਵੇ ਸਾਰੇ ਨਗਰ ਦਾ ਭਲਾ ਕਰ ਦਿੰਦਾ, ਇੱਕ ਪਰਿਵਾਰ ਵਿੱਚੋਂ ਗੁਰਸਿੱਖ ਹੋਏ ਸਾਰਾ ਪਰਿਵਾਰ ਗੁਰਸਿੱਖ ਬਣ ਜਾਂਦਾ, ਇੱਕ ਪਰਿਵਾਰ ਵਿੱਚੋਂ ਮਾੜਾ ਮਨੁੱਖ ਪੈਦਾ ਹੋ ਜਾਏ ਦੂਜਿਆਂ ਦਾ ਜਿਉਣਾ ਵੀ ਖਰਾਬ ਕਰ ਦਿੰਦਾ। ਇਸ ਕਰਕੇ ਸਿੱਖਾਂ ਦੀ ਕਰਨੀ ਵੇਖ ਵੇਖ ਕੇ ਇਹਨਾਂ ਦੇ ਮਨ ਵਿੱਚ ਪ੍ਰੇਮ ਪੈਦਾ ਹੋਇਆ ਕਿ ਅਸੀਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਈਏ, ਸਾਡੇ 'ਤੇ ਵੀ ਕੋਈ ਕਿਰਪਾ ਹੋਵੇ। ਸ਼੍ਰੀ ਅਰਜਨ ਕੇ ਢਿੱਗ ਚੱਲ ਆਏ। ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਹੈ। ਨਮੋ ਠਾਨ ਬੈਠੇ ਸਮੁਹਾਏ। ਸਾਰਿਆਂ ਨੇ ਮਿਲ ਕੇ ਜਿੱਥੇ ਸੰਗਤਾਂ ਮੱਥਾ ਟੇਕ ਰਹੀਆਂ ਸਨ ਚਰਨਾਂ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਔਰ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਏ। ਬੋਲੇ ਬਹੁਰ ਆਪ ਸਤਿਗੁਰ ਹੋ। ਫਿਰ ਇਹਨਾਂ ਨੇ ਬੇਨਤੀ ਕੀਤੀ, ਹੇ ਮਹਾਰਾਜ, ਕਲਯੁਗ ਦੇ ਵਿੱਚ ਤੁਸੀਂ ਸਤਿਗੁਰੂ ਪਦਵੀ ਰੱਖਦੇ ਹੋ, ਤੁਹਾਨੂੰ ਸਾਰਾ ਸੰਸਾਰ ਗੁਰੂ ਰੂਪ ਕਰਕੇ ਪੂਜਦਾ ਹੈ, ਇਸ ਕਰਕੇ ਹੇ ਸੱਚੇ ਪਾਤਸ਼ਾਹ ਕਲਯੁਗ ਦੇ ਵਿੱਚ ਆਪ ਸਤਿਗੁਰੂ ਹੋ। ਉਪਦੇਸ਼ੋ ਗੁਣ ਸਿੱਖਣ ਔਰ ਹੋ। ਮਹਾਰਾਜ, ਜਦੋਂ ਸਿੱਖਾਂ ਨੂੰ ਤੁਸੀਂ ਉਪਦੇਸ਼ ਦਿੰਦੇ ਹੋ ਨਾ, ਸਿੱਖਾਂ ਦੇ ਹਿਰਦਿਆਂ ਵਿੱਚ ਸ਼ੁਭ ਗੁਣਾਂ ਦਾ ਖਜ਼ਾਨਾ ਭਰ ਦਿੰਦਾ,
ਔਰ ਹਿਰਦੇ ਦੇ ਵਿੱਚ ਸ਼ੁਭ ਗੁਣ ਸਿੱਖ ਧਾਰਨ ਕਰ ਲੈਂਦੇ ਆ ਤੁਹਾਡੇ ਬਚਨ ਸੁਣਦੇ ਆ ਸਾਰ। ਸਿੱਖਾਂ ਦੇ ਹਿਰਦੇ ਵਿੱਚੋਂ ਤੁਸੀਂ ਕਾਮ ਕ੍ਰੋਧ ਲੋਭ ਮੋਹੰਕਾਰ ਮੇਟ ਦਿੱਤਾ, ਸਤ ਸੰਤੋਖ ਦਇਆ ਧਰਮ ਧੀਰਜ ਸ਼ਾਂਤੀ ਇਹ ਸ਼ੁਭ ਗੁਣ ਤੁਸੀਂ ਆਪਣੇ ਸਿੱਖਾਂ ਨੂੰ ਧਾਰਨ ਕਰਾ ਦਿੱਤੇ ਐ। ਖਸ਼ਟ ਸ਼ਾਸਤਰਨ ਮਤ ਕੋ ਜਨ ਹੈ, ਸੱਚੇ ਪਾਤਸ਼ਾਹ ਅਸੀਂ ਵੀ ਆਏ ਹਾਂ, ਅਸੀਂ ਛੇ ਸ਼ਾਸਤਰ ਜਿਹੜੇ ਹੈ ਇਹਨਾਂ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਪੜ੍ਹੇ ਐ। ਕਥਾ ਪੁਰਾਣ ਮਹਾਨ ਬਖਾਨ ਹੈ, 18 ਪੁਰਾਣ ਹੈ ਉਹਨਾਂ ਦੀ ਕਥਾ ਵੀ ਲੋਕਾਂ ਨੂੰ ਕਰਕੇ ਵੱਡੀਆਂ ਵੱਡੀਆਂ ਸਭਾਵਾਂ ਵਿੱਚ ਮਜਲਸਾਂ ਵਿੱਚ ਅਸੀਂ ਇਕੱਠਾਂ ਵਿੱਚ ਸੁਣਾਉਂਦੇ ਹਾਂ। ਸਰੋਤਾ ਕੋ ਹਮ ਦੇ ਤਰਜਾਏ, ਸਰੋਤਾ ਸੁਣਨ ਵਾਲਾ ਹੁੰਦਾ, ਵਕਤਾ ਬੋਲਣ ਵਾਲਾ ਹੁੰਦਾ। ਇਸ ਕਰਕੇ ਜਿਹੜੇ ਸਰੋਤੇ ਹੈ ਜਦੋਂ ਉਹਨਾਂ ਨੂੰ ਅਸੀਂ ਕੋਈ ਕਥਾ ਸੁਣਾਈ ਦੀ ਹੈ ਤਾਂ ਐਨ ਉਹਨਾਂ ਨੂੰ ਪ੍ਰਸੰਨ ਕਰ ਦਈਦਾ ਹੈ। ਸਰਬ ਪ੍ਰਸੰਨ ਹੈ ਸੋ ਜਸ ਅਲਾਏ, ਇੱਕ ਨਹੀਂ ਸਾਰੇ ਪ੍ਰਸੰਨ ਹੋ ਕੇ ਨਾ ਸਾਡਾ ਜਸ ਬੋਲਦੇ ਹੈ, ਭਾਵ ਹਰ ਕੋਈ ਸਾਨੂੰ ਧੰਨ ਧੰਨ ਕਰਕੇ ਆਖਦਾ, ਹਰ ਕੋਈ ਸਾਡਾ ਜਸ ਉਚਾਰਦਾ ਹੈ। ਤਉ ਹਮਾਰੇ ਮਨ ਮਹਿ ਸ਼ਾਂਤ, ਆਖੋ ਭਾਈ ਵਾਹਿਗੁਰੂ। ਕਹਿਣ ਲੱਗੇ ਮਹਾਰਾਜ ਕਥਾ ਕਰੀ ਦੀ ਹੈ, ਲੋਕਾਂ ਨੂੰ ਸ਼ਾਂਤੀ ਵੰਡ ਦੇਈ ਦੀ ਹੈ, ਲੋਕ ਸ਼ਾਂਤ ਵੀ ਪ੍ਰਸੰਨ ਵੀ ਹੋ ਜਾਂਦੇ ਹੈ, ਪਰ ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਹੈ, ਸਾਡੇ ਮਨ ਵਿੱਚ ਧੀਰਜ ਨਹੀਂ ਹੈ, ਸਾਨੂੰ ਟਿਕਾ ਨਹੀਂ, ਸਾਡੇ ਮਨ ਵਿੱਚ ਕਦੇ ਸ਼ਾਂਤੀ ਨਹੀਂ ਆਉਂਦੀ। ਨਹਿ ਉਪਜਤ ਹੋਏ ਮਤ ਅਵਤਾਤ, ਨਾ ਤਾਂ ਸ਼ਾਂਤੀ ਸਾਡੇ ਵਰਤਦੀ ਹੈ ਨਾ ਹੀ ਸਾਡੀ ਮਤ ਉਜਲ ਹੁੰਦੀ ਹੈ, ਭਾਵ ਸਾਡੀ ਮਤ ਵਿੱਚ ਸਾਡੀ ਬੁੱਧੀ ਵਿੱਚ ਔਗਣਾਂ ਦੀ ਮੈਲ ਪੂਰਨ ਰੂਪ ਵਿੱਚ ਭਰੀ ਹੋਈ ਹੈ, ਸਾਡੀ ਮਤ ਔਗਣਾਂ ਕਰਕੇ ਪਾਪਾਂ ਕਰਕੇ ਮੈਲੀ ਹੋਈ ਪਈ ਹੈ, ਸਾਡੀ ਬੁੱਧੀ ਨਹੀਂ ਉੱਜਲ ਹੋਈ, ਨਾ ਹੀ ਸਾਨੂੰ ਸ਼ਾਂਤੀ ਹੈ ਕਿਸੇ ਵੀ ਤਰ੍ਹਾਂ। ਸਿੱਖ ਆਪ ਕੇ ਸ਼ਾਂਤੀ ਪਾਏ, ਮਹਾਰਾਜ ਧੰਨ ਤੁਹਾਡੇ ਸਿੱਖ ਜਿਹੜੇ ਵੀ ਸਿੱਖ ਨੂੰ ਮਿਲਦੇ ਹਾਂ, ਸਾਰੇ ਸਿੱਖ ਤੁਹਾਡੇ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਲੇ ਹੈ, ਕੋਈ ਵੀ ਚੰਡਾ ਦਾਸ ਜਾਂ ਭਾਂਬੜ ਦਾਸ ਨਹੀਂ ਹੈ, ਸਾਰਿਆਂ ਦੇ ਮਨ ਐਨ ਬਰਫ਼ ਵਾਂਗੂ ਠੰਡੇ ਠਾਰ ਹਨ, ਹਰ ਇੱਕ ਦਾ ਹਿਰਦਾ ਪੂਰਨ ਸ਼ਾਂਤ ਦੇਖਿਆ ਅਸੀਂ। ਅਜਮਤ ਜੁਤ ਲਹਿ ਗੁਣ ਸਮੁਦਾਏ, ਫਿਰ ਤੁਹਾਡੇ ਸਿੱਖਾਂ ਵਿੱਚ ਸ਼ਕਤੀਆਂ ਵੀ ਬੜੀਆਂ ਹਨ, ਕਰਾਮਾਤਾਂ ਦੇ ਮਾਲਕ ਹੈ, ਜੋ ਚਾਹੁੰਦੇ ਆ ਉਹ ਕਰ ਲੈਂਦੇ ਹੈ, ਜੋ ਮੰਗਦੇ ਆ ਉਹਨਾਂ ਨੂੰ ਮਿਲਦਾ ਹੈ, ਮਨ ਸ਼ਾਂਤ ਵੀ ਹੈ ਔਰ ਅਜਮਤ ਵਾਲੇ ਸ਼ਕਤੀਆਂ ਵਾਲੇ ਵੀ ਬਹੁਤ ਸਿੱਖ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਐ। ਕਿਰਪਾ ਕਰੋ ਇਹ ਭੇਦ ਬਤਾਵੋ, ਮਹਾਰਾਜ ਇਹ ਪਤਾ ਦਿਓ ਕਿ ਸਿੱਖਾਂ ਦੇ ਮਨ ਨੂੰ ਸ਼ਾਂਤੀ ਕਿਵੇਂ ਆਈ, ਸਿੱਖਾਂ ਵਿੱਚ ਸ਼ੁਭ ਗੁਣ ਕਿਵੇਂ ਆਏ, ਸਿੱਖਾਂ ਨੂੰ ਬਰਕਤਾਂ ਰੱਬੀ ਕਿਵੇਂ ਪ੍ਰਾਪਤ ਹੋਈਆਂ, ਇਸ ਗੱਲ ਦਾ ਸਾਨੂੰ ਗਿਆਨ ਨਹੀਂ ਹੈ, ਕਿਰਪਾ ਕਰਕੇ ਸਾਨੂੰ ਇਹ ਗਿਆਨ ਕਰਾਉਣਾ ਕਰੋ। ਹਿਰਦੇ ਹਮਾਰੇ ਸ਼ਾਂਤ ਉਪਾਵੋ, ਸਾਡੇ ਹਿਰਦੇ ਵਿੱਚ ਵੀ ਸ਼ਾਂਤੀ ਦਾ ਗੁਣ ਪੈਦਾ ਕਰੋ ਮਹਾਰਾਜ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਤਪਤ ਮਾਹੇ ਠੰਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ, ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ, ਇਹ ਮਹਾਰਾਜ ਸਾਡੇ ਹਿਰਦੇ ਵਿੱਚ ਵੀ ਸ਼ੀਤਲਤਾ ਦੇ ਦਿਓ, ਸਾਡੇ ਹਿਰਦੇ ਵਿੱਚ ਵੀ ਸ਼ਾਂਤੀ ਪੈਦਾ ਕਰੋ।
ਸੁਣ ਸ੍ਰੀ ਮੁਖ ਤੇ ਬਾਕ ਬਖਾਨਾ। ਬੇਨਤੀ ਸੁਣ ਕੇ ਆਪਣੇ ਮੁਖਾਰ ਬਿੰਦ ਤੋਂ ਇਹਨਾਂ ਦੇ ਪ੍ਰਸ਼ਨਾਂ ਦਾ, ਇਹਨਾਂ ਨੇ ਜੋ ਬੇਨਤੀਆਂ ਕੀਤੀਆਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ। ਇਹਨਾਂ ਨੂੰ ਵੀ ਧੀਰਜ ਦੇਣ ਲੱਗੇ ਹਨ ਸੱਚੇ ਪਾਤਸ਼ਾਹ। ਮਨ ਕਾਰਨ ਗੁਣ ਅਬ ਗੁਣ ਜਾਨਾ। ਆਹ ਸੁਣੋ ਧਿਆਨ ਨਾਲ, ਮਹਾਰਾਜ ਕਹਿੰਦੇ ਭਾਈ ਇਹ ਮਨ ਕਰਕੇ ਬੰਦੇ ਦੇ ਮਨ ਵਿੱਚ ਗੁਣ ਪੈਦਾ ਹੁੰਦੇ ਆ, ਮਨ ਕਰਕੇ ਔਗੁਣ ਪੈਦਾ ਹੁੰਦੇ ਆ। ਗੁਣਾਂ ਅਤੇ ਔਗੁਣਾਂ ਦਾ, ਸ਼ੁਭ ਗੁਣਾਂ ਦਾ ਵੀ ਅਤੇ ਅਸ਼ੁਭ ਜਿਹੜੇ ਜੀਵਨ ਦੇ ਵਿੱਚ ਔਗੁਣ ਹੁੰਦੇ ਆ ਉਹਨਾਂ ਦਾ ਵੀ, ਜਾਂ ਦੋਸ਼ ਕਹਿ ਲਓ ਜਾਂ ਨਿਰਦੋਸ਼ ਕਹਿ ਲਓ, ਇਹਨਾਂ ਸਾਰਿਆਂ ਦਾ ਕਾਰਨ, ਕਾਰਨ ਦਾ ਅਰਥ ਹੁੰਦਾ ਮੁੱਢ, ਸਾਰਿਆਂ ਦਾ ਮੁੱਢ ਮਨ ਹੈ। ਮਹਾਰਾਜ ਕਹਿੰਦੇ ਮਨ ਕਰਕੇ ਗੁਣ ਪੈਦਾ ਹੁੰਦੇ ਆ ਬੰਦੇ ਦੇ ਅੰਦਰ, ਮਨ ਕਰਕੇ ਉਹਦੇ ਅੰਦਰ ਔਗੁਣ ਜਨਮ ਲੈਂਦੇ ਆ। ਦੋਸ਼, ਗੁਨਾਹ, ਐਬ ਇਹ ਮਨ ਵਿੱਚੋਂ ਹੀ ਪੈਦਾ ਹੁੰਦੇ ਹਨ। ਵਿਦਿਆ ਪੜ੍ਹਨ ਲੱਗੇ ਤੁਮ ਜਬ ਤੇ। ਮਹਾਰਾਜ ਕਹਿੰਦੇ ਜਦੋਂ ਤੋਂ ਤੁਸੀਂ ਵਿਦਿਆ ਪੜ੍ਹਨ ਲੱਗੇ ਨਾ, ਵੱਡੇ ਹੋਏ, ਵੱਡੇ ਵੱਡੇ ਵਿਦਵਾਨਾਂ ਤੋਂ ਤੁਸੀਂ ਵਿਦਿਆ ਪੜ੍ਹੀ, ਜਦੋਂ ਵਿਦਿਆ ਪੜ੍ਹਨੀ ਸ਼ੁਰੂ ਕੀਤੀ ਹੈ, ਮਨ ਤ੍ਰਿਸ਼ਨਾ ਉਪਜਾਏ ਸਤਬ ਤੇ। ਤੁਸੀਂ ਵਿਦਿਆ ਪੜ੍ਹੀ ਨੀ ਮਨ ਦੀ ਸ਼ਾਂਤੀ ਲਈ, ਤੁਸੀਂ ਵਿਦਿਆ ਪੜ੍ਹੀ ਹੈ ਕਿ ਮਨ ਵਿੱਚ ਇਹ ਤ੍ਰਿਸ਼ਨਾ, ਇਹ ਲਾਲਸਾ ਤੁਹਾਡੇ ਉਪਜੀ ਪੈਦਾ ਹੋਈ ਕਿ ਵਿਦਿਆ ਪੜ੍ਹ ਕੇ ਲੋਕਾਂ ਨੂੰ ਕਥਾ ਵਾਰਤਾ ਸੁਣਾਵਾਂਗੇ ਅਤੇ ਪੈਸੇ ਕਮਾਇਆ ਕਰਾਂਗੇ। ਜੇ ਕੋਈ ਰਾਗੀ ਸਿੰਘ ਕੀਰਤਨ ਸਿੱਖਦਾ ਕੇਵਲ ਮਾਇਆ ਵਾਸਤੇ, ਮਾਇਆ ਤਾਂ ਮਿਲੂਗੀ, ਸੰਗਤ ਦੰਦੀ ਦੰਦੀ ਹੈ, ਗੁਰ ਸ਼ਬਦ ਦਾ, ਬਾਣੀ ਦਾ ਸਤਿਕਾਰ ਗੁਰੂ ਕੀ ਸੰਗਤ ਨੇ ਕਰਨਾ ਹੀ ਕਰਨਾ, ਕਥਾ ਵੀ, ਪਾਠ ਵੀ, ਸਭ ਕੁਝ। ਜੇ ਮਨ ਵਿੱਚ ਮਾਇਆ ਦੀ ਇੱਛਾ, ਲਾਲਸਾ ਲੈ ਕੇ ਪੜ੍ਹੀਆ, ਮਾਇਆ ਮਿਲੇਗੀ ਜ਼ਰੂਰ, ਸੰਗਤ ਦੰਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਪਰ ਸ਼ਾਂਤੀ ਨਹੀਂ ਫਿਰ ਮਿਲਣੀ, ਕਿਰਪਾ ਨਹੀਂ ਵਰਤਦੀ, ਕਿਰਪਾ ਨਹੀਂ ਹੁੰਦੀ। ਕਿਰਪਾ ਤੋਂ ਤਾਂ ਬਹੁਤ ਖਾਲੀ ਤੁਰੇ ਫਿਰਦੇ ਹੈ। ਅੱਜ ਦੇ ਸਮੇਂ ਵਿੱਚ ਕੀਰਤਨ ਕਥਾ ਦੀ ਤਾਂ ਕੋਈ ਘਾਟ ਨਹੀਂ ਨਾ, ਕੀਰਤਨ ਕਰਨ ਵਾਲੇ ਵੀ ਵੱਡੇ ਤੋਂ ਵੱਡੇ ਧਨੀ ਰਾਗੀ ਸਿੰਘ ਹਨ, ਵੱਡੇ ਵੱਡੇ ਵਿਦਵਾਨ ਹਨ, ਕਥਾ ਵਾਚਕ, ਪਰ ਜਿਹੜੇ ਗੁਣ ਗੁਰਮੁਖਾਂ ਵਾਲੇ ਹੋਣੇ ਚਾਹੀਦੇ ਉਹ ਕਿਸੇ ਵਿਰਲੇ ਵਿੱਚੋਂ ਨਜ਼ਰ ਆਉਂਦੇ। ਕਿਉਂ ਨਹੀਂ ਉਹਨਾਂ ਦੇ ਮਨ ਵਿੱਚ ਇਹ ਤ੍ਰਿਸ਼ਨਾ ਹੈ, ਇਹ ਲਾਲਚ ਹੈ ਕਿ ਵਿਦਿਆ ਪੜ੍ਹੀ ਹੈ, ਕੀਰਤਨ ਸਿੱਖਿਆ, ਪਾਠ ਸਿੱਖਿਆ, ਕਥਾ ਸਿੱਖੀ ਹੈ, ਕੇਵਲ ਧਨ ਕਮਾਉਣ ਵਾਸਤੇ। ਹੋਰ ਕੋਈ ਮਨ ਵਿੱਚ ਇਸ ਪੱਖੋਂ ਕਿਸੇ ਵੀ ਤਰ੍ਹਾਂ ਦਾ ਨਿਸ਼ਾਨਾ ਨਹੀਂ ਮਿਥਿਆ ਕਿ ਅਸੀਂ ਆਪਣਾ ਜੀਵਨ ਵੀ ਸੁਧਾਰਨਾ, ਸਾਡੇ ਮਨ ਵਿੱਚ ਵੀ ਸ਼ਾਂਤੀ ਆਵੇ, ਸਤ ਸੰਤੋਖ, ਦਇਆ, ਧਰਮ, ਧੀਰਜ ਵੀ ਆਵੇ, ਇਸ ਬੰਨੇ ਤਾਂ ਧਿਆਨ ਹੀ ਨਹੀਂ ਦਿੱਤਾ। ਕੋਈ ਵਿਰਲਾ ਹੀ ਹੁੰਦਾ ਨਾ ਜਿਹੜਾ ਜੀਵਨ ਸਫਲ ਕਰਨ ਵਾਸਤੇ ਵਿੱਦਿਆ ਪੜ੍ਹਦਾ। ਤੋ ਮਹਾਰਾਜ ਕਹਿੰਦੇ ਭਾਈ ਜਦੋਂ ਤੁਸੀਂ ਵਿੱਦਿਆ ਪੜ੍ਹੀ ਨਾ, ਤੁਸੀਂ ਨੀਂਹ ਗਲਤ ਰੱਖ ਲਈ, ਕਿਸੇ ਮਕਾਨ ਦੀ ਨੀਂਹ ਗਲਤ ਰੱਖ ਲਓ ਤਾਂ ਸਿਰੇ ਤੱਕ ਸਾਧ ਸੰਗਤ ਜੀ ਉਹ ਸਾਰਾ ਢਾਂਚਾ ਹੀ ਵਿਗੜ ਜਾਂਦਾ, ਅਤੇ ਨੀਂਹ ਚੰਗੀ ਤਰ੍ਹਾਂ ਰੱਖ ਲਓ ਅਤੇ ਸਾਰਾ ਢਾਂਚਾ ਸਹੀ ਉਸਰ ਜਾਏਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵਿੱਦਿਆ ਪੜ੍ਹੀ ਪਰ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਗਈ,
ਲਾਲਚ ਪੈਦਾ ਹੋ ਗਿਆ ਕਿ ਇਸ ਵਿੱਚੋਂ ਆਹ ਕਮਾਈ ਕਰਾਂਗੇ ਵਿਦਿਆ ਪੜ੍ਹ ਕੇ। ਬਹੁ ਵਿਦਿਆ ਹਮ ਪਠੈ ਬਣਾਏ, ਕਿ ਅਸੀਂ ਬਹੁਤੀ ਵਿਦਿਆ ਪੜ੍ਹਨੀ ਹੈ, ਚੰਗੀ ਤਰ੍ਹਾਂ ਪੜ੍ਹਾਂਗੇ ਔਰ ਫਿਰ ਵਿਦਿਆ ਵਿੱਚੋਂ ਵੱਖ ਵੱਖ ਗ੍ਰੰਥਾਂ ਵਿੱਚੋਂ ਖੋਜ ਕਰ ਕਰਕੇ ਵਿਸ਼ੇ ਬਣਾ ਬਣਾ ਕੇ, ਵਿਦਵਾਨ ਕਹਿੰਦੇ ਵੀ ਪ੍ਰਚਾਰ ਅੱਜ ਫਲਾਨੇ ਵਿਸ਼ੇ ਵਿੱਚ ਕਰੋ, ਫਲਾਨੇ ਪੱਖ ਦਾ ਅੱਜ ਪ੍ਰਚਾਰ ਸੁਣਾਓ, ਫਿਰ ਉਹ ਬਣਾ ਲੈਂਦੇ ਆ ਸਾਰੀ ਕਥਾ ਵਾਰਤਾ ਦਾ ਨਿਯਮ ਵੀ ਜਿਵੇਂ 2 ਮਹੀਨੇ 3 ਮਹੀਨੇ ਕਿਤੇ ਵੱਖ ਵੱਖ ਥਾਵਾਂ 'ਤੇ ਜਾਣਾ, ਉਹ ਵੱਖ ਵੱਖ ਆਪਣੇ ਪੱਖ ਬਣਾ ਲੈਂਦੇ ਆ, ਉਨੇ 'ਚ ਹੀ ਉਹ ਬੋਲ ਸਕਦੇ ਆ। ਉਹਨਾਂ ਨੇ ਰੱਟਾ ਲਾਇਆ ਹੁੰਦਾ ਕੇਵਲ ਉਨਾ ਕੀ, ਅਤੇ ਜੇ ਸੰਗਤ ਵਿੱਚ ਉਹਨਾਂ ਨੂੰ ਕੋਈ ਕਹੇ ਵੀ 1-2 ਸਾਲ ਗੁਰਬਾਣੀ ਦੀ ਕਥਾ ਸੁਣਾ ਦਿਉ, ਨਹੀਂ ਹੁੰਦੀ ਉਹਨਾਂ ਕੋਲੋਂ, ਕਿਉਂਕਿ ਉਹਨਾਂ ਨੇ ਮਿਹਨਤ ਨਹੀਂ ਉਨੀ ਕੀਤੀ, ਸਾਰੀ ਸੰਥਿਆ ਸਾਰੇ ਅਰਥ ਨਹੀਂ ਪੜ੍ਹੇ ਹਨ। ਵਿੱਦਿਆ ਪੜ੍ਹੀ ਬਣਾ ਬਣਾ ਕੇ ਵੱਖਰੇ ਵੱਖਰੇ ਵਿਸ਼ੇ ਬਣਾਏ, ਜਿਵੇਂ ਆਪਾਂ ਟੀਚਰ ਆਪਾਂ ਨੂੰ ਪੜ੍ਹਾਉਂਦੇ ਆ ਬੱਚਿਆਂ ਨੂੰ, ਉਹਨਾਂ ਨੂੰ ਵੱਖ ਵੱਖ ਪਿੱਠ ਹੁੰਦੀ ਹੈ, ਤੇਰੀ ਮਹਾਰਾਜ ਸਾਹਿਬ ਵੱਲ ਪਿੱਠ ਨਾ ਕਰ, ਧਿਆਨ ਰੱਖਿਆ ਕਰੋ। ਸੋ ਸਾਧ ਸੰਗਤ ਜੀ, ਇਹ ਫਿਰ ਵੱਖ ਵੱਖ ਵਿਸ਼ੇ ਜਦੋਂ ਸਬਜੈਕਟ ਕਹਿ ਦਿੰਦੇ ਆ ਇਹਨੂੰ ਟੀਚਰ, ਉਹ ਬੱਚੇ ਬਣਾ ਕੇ ਆਪਣੇ ਟੀਚਰਾਂ ਨੂੰ ਦੱਸਦੇ ਆ, ਇਸੇ ਤਰ੍ਹਾਂ ਪ੍ਰਚਾਰ ਕਥਾਵਾਚਕ ਵੀ ਬਣਾ ਲੈਂਦੇ ਆ, ਉਵੇਂ ਅਸੀਂ ਵੀ ਵਿੱਦਿਆ ਬਣੀ ਪੜ੍ਹੀ ਮਹਾਰਾਜ ਔਰ ਪੜ੍ਹ ਕੇ ਵੱਖ ਵੱਖ ਵਿਸ਼ੇ ਤਿਆਰ ਕੀਤੇ, ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ ਸਾਰਾ ਮਸਾਲਾ ਬਣਾਇਆ ਜੋੜਿਆ। ਮਨ ਤ੍ਰਿਸ਼ਨਾ ਉਪਜਾਏ ਸਤਬ ਤੇ ਦਰਬ ਸਮੂਹ ਲਹਿ ਉਪਜਾਏ, ਮਨ ਵਿੱਚ ਇਹ ਇੱਛਾ ਕੀਤੀ ਕਿ ਇਹ ਵਿੱਦਿਆ ਪੜ੍ਹ ਕੇ ਚੰਗੀ ਚੰਗੀ ਕਥਾ ਵਾਰਤਾ ਵਿੱਚੋਂ ਚੁਣ ਚੁਣ ਕੇ ਸੁਣਾਵਾਂਗੇ ਤੇ ਬਹੁਤਾ ਧਨ ਸਾਨੂੰ ਲੋਕਾਂ ਤੋਂ ਮਿਲੇਗਾ, ਲੋਕ ਖੁਸ਼ ਹੋ ਕੇ। ਗਿਆਨੀ ਮਾਨ ਸਿੰਘ ਝੌਰ ਕਹਿੰਦੇ ਹੁੰਦੇ ਸਨ ਕਿ ਜੇ ਮੈਂ ਚਾਹਵਾਂ ਤਾਂ ਮੈਂ ਸਾਰੇ ਲੋਕਾਂ ਦੀਆਂ ਜੇਬਾਂ ਖਾਲੀ ਕਰਾ ਸਕਦਾ, ਅਤੇ ਜੇ ਮੈਂ ਨਾ ਚਾਹਵਾਂ ਤਾਂ 1 ਰੁਪਈਆ ਵੀ ਨਾ ਕਿਸੇ ਦੀ ਜੇਬ ਵਿੱਚੋਂ ਨਿਕਲਣ ਦਿਆਂ। ਬੋਲਣ ਦੇ ਵਿੱਦਿਆ ਦੇ ਧਨੀ ਸਨ, ਵਿਦਵਾਨ ਸਨ, ਮਿਹਨਤ ਕੀਤੀ ਹੋਈ ਸੀ। ਇਸ ਕਰਕੇ ਸਾਧ ਸੰਗਤ ਜੀ, ਦਰਬ ਸਮੂਹ ਲੈ ਉਪਜਾਏ, ਐਸੀ ਵਿੱਦਿਆ ਪੜ੍ਹ ਕੇ ਐਸਾ ਵਿਖਿਆਨ ਕਰਨਾ ਕਿ ਲੋਕਾਂ ਕੋਲੋਂ ਅੱਗੇ ਧਨ ਦੀ ਢੇਰੀ ਲਵਾ ਲੈਣੀ। ਇਸ ਕਰਕੇ ਦਰਬ ਸਮੂਹ ਲੈ ਉਪਜਾਏ, ਸਾਰਿਆਂ ਕੋਲੋਂ ਸਮੂਹ ਉਹਨਾਂ ਦਾ, ਸਾਰਿਆਂ ਕੋਲੋਂ ਜਿੰਨੇ ਸਰੋਤੇ ਸੁਣਨ ਵਾਸਤੇ ਆਉਣ ਉਹਨਾਂ ਸਾਰਿਆਂ ਕੋਲੋਂ ਧਨ ਕਢਾ ਲੈਣਾ, ਬਦੋ ਬਦੀ ਲੋਕਾਂ ਨੇ ਦੇਣ ਲਈ ਮਜਬੂਰ ਹੋ ਜਾਣਾ, ਐਸੀ ਕਥਾ ਸੁਣਾਉਣੀ। ਇਹੀ ਅਸੀਂ ਮਨ ਵਿੱਚ ਖਿਆਲ ਰੱਖਿਆ, ਸੱਚੇ ਪਾਤਸ਼ਾਹ ਕਹਿੰਦੇ ਇਹ ਤੁਹਾਡੀ ਹਿਰਦੇ ਵਿੱਚ ਸੋਚ ਸੀ ਜਦੋਂ ਵਿੱਦਿਆ ਪੜ੍ਹੀ ਹੈ। ਦ੍ਰਿੜ ਸੰਕਲਪ ਤਥਾ ਹੀ ਰਹਿਓ, ਉਹ ਸੰਕਲਪ ਉਹ ਫੁਰਨਾ ਉਹ ਇੱਛਾ ਪੱਕੀ ਬਣੀ ਰਹੀ ਵੀ ਧਨ ਹੀ ਲੈਣਾ, ਧਨ ਹੀ ਇਕੱਠਾ ਕਰਨਾ, ਹੋਰ ਕੁਝ ਨਹੀਂ ਕਰਨਾ। ਜੇ ਗ੍ਰੰਥੀ ਸਿੰਘ ਕੇਵਲ ਧਨ ਲਈ ਸੇਵਾ ਕਰਦਾ, ਭਾਵਨਾ ਨਾਲ ਸੇਵਾ ਨਹੀਂ ਕਰਦਾ, ਧਨ ਮਿਲ ਜਾਏਗਾ ਪਰ ਕਲਿਆਣ ਨਹੀਂ ਹੋਣੀ, ਕਿਰਪਾ ਨਹੀਂ ਹੋਣੀ। ਜੋ ਇੱਛਾ ਕੀਤੀ ਗੁਰੂ ਤੋਂ ਮਿਲ ਗਿਆ, ਉਹ ਮਿਲਣਾ ਹੀ ਮਿਲਣਾ, ਪਰ ਪ੍ਰੇਮ ਨਾਲ ਸੇਵਾ ਕੀਤੀ ਦਾ, ਸ਼ਰਧਾ ਨਾਲ ਕੀਤੀ ਸੇਵਾ ਦਾ,
ਪ੍ਰੇਮ ਨਾਲ ਪੜ੍ਹੀ ਗੁਰਬਾਣੀ ਦਾ, ਕੀਤੇ ਕੀਰਤਨ ਦਾ ਜਾਂ ਕਥਾ ਦਾ, ਜਿਵੇਂ ਅਸਮਾਨ ਦਾ ਫਰਕ ਹੈ। ਜੇ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਕਰਨੀ ਹੈ, ਰੋਟੀਆਂ ਵਾਸਤੇ ਤਾਲ ਪੂਰਨੇ ਹੈ, ਫਿਰ ਰੋਟੀਆਂ ਤਾਂ ਮਿਲ ਹੀ ਜਾਣੀਆਂ। ਉਹ ਤਾਂ ਗੁਰੂ ਕੀ ਸੰਗਤ ਨੇ ਵਧੀਆ ਤੋਂ ਵਧੀਆ ਪਦਾਰਥ ਛਕਣ ਨੂੰ ਦੇ ਹੀ ਦੇਣਾ, ਪਹਿਨਣ ਨੂੰ ਵੀ ਦੇ ਦੇਣਾ, ਵਰਤਣ ਨੂੰ ਵੀ ਧਨ ਦੇ ਦੇਣਾ। ਗੱਲ ਤਾਂ ਇਹ ਹੈ ਵੀ ਆਪਣਾ ਜੀਵਨ ਨਹੀਂ ਫਿਰ ਸਵਾਰਿਆ, ਆਪਣਾ ਜੀਵਨ ਤਾਂ ਉੱਥੇ ਹੀ ਖੜੋਤਾ ਰਿਹਾ, ਉੱਥੇ ਹੀ ਖੜਾ ਰਿਹਾ ਜਿੱਥੋਂ ਤੁਰਿਆ ਸੀ, ਇੱਕ ਕਦਮ ਵੀ ਅੱਗੇ ਨਹੀਂ ਵਧਾਇਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸੰਕਲਪ, ਉਹ ਫੁਰਨਾ ਧਨ ਦੇ ਲਾਲਚ ਦਾ, ਉਹ ਤਾਂ ਮਨ ਵਿੱਚ ਪੱਕਾ ਹੀ ਬਣਿਆ ਰਿਹਾ ਤੁਹਾਡੇ ਘਰ ਘਰ ਕਥਾ ਦਰਬ ਹੀ ਲਹੇ। ਕਥਾ ਕਰ ਕਰਕੇ ਧਨ ਹੀ ਇਕੱਠਾ ਕੀਤਾ ਹੈ ਤੁਸੀਂ। ਨਿਜ ਮਨ ਕੇ ਸਮਝਾਵਨ ਕਾਰਨ, ਮਨ ਸਮਝਾਵਨ ਕਾਰਨ ਕਸ਼ੂਕ ਪੜ੍ਹੀ ਹੈ ਗਿਆਨ। ਮਨ ਨੂੰ ਨਹੀਂ ਸਮਝਾਇਆ, ਮਨ ਨੂੰ ਸਮਝਾਉਣ ਵਾਲੀ ਉਹ ਵਿੱਦਿਆ ਨਹੀਂ ਤੁਸੀਂ ਪੜ੍ਹਨਾ ਕੀਤੀ ਕਿ ਮਨ ਨੂੰ ਵੀ ਸਿੱਧਾ ਕਰ ਲਈਏ, ਮਨ ਵਿੱਚੋਂ ਵੀ ਲੋਭ ਲਾਲਚ ਦਾ ਤਿਆਗ ਕਰ ਦਿੱਤਾ ਜਾਏ। ਪੜ੍ਹੀ ਨਾ ਵਿੱਦਿਆ ਕੀ ਨਾ ਵਿਚਾਰਨ, ਇਹੋ ਜਿਹੀ ਵਿੱਦਿਆ ਵੀ ਨਹੀਂ ਪੜ੍ਹੀ, ਇਹੋ ਜਿਹੀ ਮਨ ਵਿੱਚ ਕੋਈ ਵਿਚਾਰ ਨਹੀਂ ਕੀਤੀ ਕਿ ਕੇਵਲ ਧਨ ਜਿਹੜਾ ਇਹ ਗਾਂਹ ਨਹੀਂ ਨਾਲ ਜਾਣਾ, ਇੱਥੇ ਲੋੜ ਵਾਸਤੇ ਤਾਂ ਸਾਧ ਸੰਗਤ ਜੀ ਲੋੜ ਅਨੁਸਾਰ ਲੋੜਾਂ ਪੂਰੀਆਂ ਕਰਨ ਵਾਸਤੇ ਮਹਾਰਾਜ ਨੇ ਸਾਧਨ ਦਿੱਤੇ, ਪਰ ਤੁਹਾਨੂੰ ਹੀ ਸਭ ਕੁਝ ਮੰਨ ਲੈਣਾ ਇਹ ਵੀ ਵੱਡੀ ਅਗਿਆਨਤਾ ਹੈ, ਬੇਸਮਝੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਕਥਾ ਕਰ ਕਰਕੇ ਧਨ ਹੀ ਇਕੱਠਾ ਕੀਤਾ, ਸ਼ੁਭ ਗੁਣ ਨਹੀਂ ਧਾਰਨ ਕੀਤੇ। ਕਥਾ ਕਰਤ ਧਨ ਮਹਿ ਮਨ ਰਹਿ, ਤੁਹਾਡਾ ਮਨ ਕਥਾ ਕਰਦਿਆਂ ਧਨ ਵਿੱਚ ਹੀ। ਮੈਨੂੰ ਇੱਕ ਵਾਰੀ ਕਿਸੇ ਸਿੰਘ ਨੇ ਬਚਨ ਸੁਣਾਇਆ, ਕਹਿੰਦੇ ਪੰਥ ਦੇ ਬੜੇ ਵੱਡੇ ਵਿਦਵਾਨ ਗਿਆਨੀ ਸਿੰਘ ਸਨ, ਕੋਈ ਜਦੋਂ ਕਥਾ ਕਰਦੇ ਹਜ਼ਾਰਾਂ ਹੀ ਦੁਨੀਆ ਉਹਨਾਂ ਦੀ ਕਥਾ ਸੁਣਦੀ, ਅਤੇ ਲੋਕਾਂ ਨੇ ਉਹਨਾਂ ਦੇ ਅੱਗੇ ਧਨ ਦਾ ਢੇਰ ਲਾ ਦੇਣਾ। ਔਰ ਇੱਕ ਸਿੰਘ ਨੇ ਉਹ ਮਾਇਆ ਰੋਜ਼ ਦੀ ਰੋਜ਼ ਇਕੱਠੀ ਕਰਕੇ ਸਮੇਂ ਅਨੁਸਾਰ ਉਹਨਾਂ ਨੂੰ ਪਹੁੰਚਾ ਦੇਣਾ, ਇਹ ਸੱਚਾ ਬਚਨ ਹੈ। ਤੋ ਇੱਕ ਦਿਨ ਮਾਇਆ ਗਿਣੀ ਗਿਣਤੀ ਦੇ ਵਿੱਚ 10-20 ਦਮੜੇ ਘੱਟ ਗਏ। ਉਹ ਗਿਆਨੀ ਸਿੰਘ ਕਹਿਣ ਲੱਗੇ ਵੀ ਅੱਜ ਮਾਇਆ ਤਾਂ ਇੰਨੀ ਚੜ੍ਹਾਈ, ਪਰ ਤੂੰ 20 ਰੁਪਈਏ ਇੱਕ 10 ਦਾ ਇੱਕ 20 ਦਾ ਨੋਟ ਉਹ ਨਹੀਂ ਅੱਜ ਆਇਆ। ਉਹ ਬਜ਼ੁਰਗ ਵਿਚਾਰੇ ਮੱਥੇ 'ਤੇ ਹੱਥ ਮਾਰਨ ਕਿ ਅਸੀਂ ਇਹਨਾਂ ਨੂੰ ਰੱਬ ਵਾਂਗੂ ਮੰਨਦੇ ਹਾਂ, ਵੀ ਐਡੇ ਵੱਡੇ ਮਹਾਨ ਵਿਦਵਾਨ ਹੈ, ਕਥਾ ਵਾਚਕ ਹੈ, ਕਥਾ ਕਰ ਰਹੇ ਹੈ, ਪਰ ਗਿਣ ਰਹੇ ਹੈ ਨਾਲ ਨਾਲ ਹੀ ਪੈਸੇ ਵੀ ਕਿੰਨੇ ਕਿਸੇ ਨੇ ਚੜ੍ਹਾ ਤੇ ਕਿੰਨੇ ਰਹਿ ਗਏ। ਉਹ ਕਹਿੰਦੇ ਗਿਆਨੀ ਜੀ ਮੈਨੂੰ ਨਹੀਂ ਪਤਾ। ਕਹਿੰਦੇ ਵੀ ਤੂੰ ਦੇਖ ਕੇ ਆ। ਉਹ ਜਦੋਂ ਗਏ ਉਹ ਕਿਤੇ ਹਵਾ ਨਾਲ ਸਟੇਜ ਦੇ ਥੱਲੇ 10 ਅਤੇ 20 ਦਾ ਨੋਟ ਚੱਲਿਆ ਗਿਆ, ਉਹਨਾਂ ਨੂੰ ਚੁੱਕਣਾ ਭੁੱਲ ਗਿਆ ਵਿਚਾਰਿਆਂ ਨੂੰ। ਉਹ ਕਹਿੰਦੇ ਮੇਰੀ ਸ਼ਰਧਾ ਨੂੰ ਬੜੀ ਵੱਡੀ ਠੇਸ ਲੱਗੀ। ਪਹਿਲਾਂ ਮੈਂ ਬੜਾ ਉਹਨਾਂ ਦੇ ਉੱਤੇ ਵਿਸ਼ਵਾਸ ਸ਼ਰਧਾ ਭਾਵਨਾ ਰੱਖਦਾ ਸੀ, ਪਰ ਮੈਂ ਆਖਿਆ ਵੀ ਇਹਨਾਂ ਦਾ ਤਾਂ ਮਨ ਗੁਰਬਾਣੀ ਵਿੱਚ, ਕਥਾ ਵਿੱਚ, ਵਿਚਾਰ ਵਿੱਚ ਹੋਣਾ ਚਾਹੀਦਾ ਸੀ, ਜੋ ਵਿਚਾਰ ਸੰਗਤ ਨੂੰ ਦੇ ਰਹੇ ਹੈ, ਪਰ ਇਹਨਾਂ ਦਾ ਤਾਂ ਧਿਆਨ ਮਾਇਆ ਦੀ ਗਿਣਤੀ ਵਿੱਚ ਵੀ ਹੈ ਵੀ ਇੰਨੀ ਆ ਗਈ, ਇੰਨੀ ਅਜੇ ਆਉਣ ਵਾਲੀ ਰਹਿੰਦੀ ਹੈ। ਤੋ ਫਿਰ ਮਾਇਆ ਇਕੱਠੀ ਕਰਨ ਵਾਸਤੇ ਸਾਰਾ ਕੁਝ ਕੀਤਾ। ਇਉਂ ਕਹਿੰਦੇ
ਵਿੱਦਿਆ ਤਾਂ ਪੜ੍ਹ ਲਈ, ਕਥਾ ਤਾਂ ਕਰ ਲਈ, ਕਥਾ ਕਰਦਿਆਂ ਕਰਦਿਆਂ ਧਾਨੀ ਮਾਇਆ ਹੀ ਇਕੱਠੀ ਕੀਤੀ ਹੈ, ਲਿਆ ਹੈ। ਕਿਮ ਸ਼ਾਂਤੀ ਗੁਣ ਗਨ ਕੋ ਲਹਿ, ਇਸ ਕਰਕੇ ਪੜ੍ਹੀ ਨਾ ਵਿੱਦਿਆ ਕੀ ਨਾ ਵਿਚਾਰ, ਨਾ ਵਿੱਦਿਆ ਪੜ੍ਹੀ ਕਿਹੜੀ ਮਨ ਦੀ ਸ਼ਾਂਤੀ ਲਈ, ਮਨ ਨੂੰ ਸਮਝਾਉਣ ਵਾਸਤੇ, ਨਾ ਹਿਰਦੇ ਵਿੱਚ ਸ਼ੁਭ ਵਿਚਾਰ ਸ਼ੁਭ ਗੁਣ ਧਾਰਨ ਕਰਨ ਵਾਸਤੇ। ਕਥਾ ਕਰਦਿਆਂ ਮਨ ਜਿਹੜਾ ਧਨ ਵਿੱਚ ਹੀ ਰਿਹਾ, ਹੋਰ ਪਾਸੇ ਨਹੀਂ ਮਨ ਜੋੜਿਆ, ਅਤੇ ਸ਼ਾਂਤੀ ਕਿਵੇਂ ਆਉਂਦੀ? ਮਹਾਰਾਜ ਕਹਿੰਦੇ ਗੁਣ ਕਿਵੇਂ ਪ੍ਰਾਪਤ ਕਰਦੇ, ਗੁਣ ਕਿੱਥੋਂ ਲੈਣੇ ਸੀ? ਗੁਣ ਤਾਂ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਣੇ ਸਨ। ਨਾ ਤਾਂ ਸ਼ੁਭ ਗੁਣ ਇਕੱਤਰ ਕਰਨ ਵਾਸਤੇ ਧਿਆਨ ਦਿੱਤਾ, ਅਤੇ ਨਾ ਹੀ ਮਨ ਵਿੱਚ ਸ਼ਾਂਤੀ ਲਿਆਉਣ ਲਈ ਕੋਈ ਰੱਬ ਦਾ ਭਜਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਤੇ ਸ਼ਾਂਤੀ ਮਹਾਰਾਜ ਕਹਿੰਦੇ ਕਿੱਥੋਂ ਆਉਣੀ ਸੀ? ਅਬ ਤੇ ਕਰਹੁ ਅਗਾਰੀ ਐਸੇ, ਅੱਜ ਤੋਂ ਬਾਅਦ ਮਹਾਰਾਜ ਕਹਿੰਦੇ ਅੱਗੋਂ ਲਈ ਇਸ ਤਰ੍ਹਾਂ ਕਰਨਾ ਹੈ। ਸਮਝਾਵਨ ਹਿਤ ਲੋਕਨ ਜੈਸੇ, ਜਿਵੇਂ ਕਹਿੰਦਾ ਲੋਕਾਂ ਨੂੰ ਸਮਝਾਉਂਦੇ ਹੋ ਨਾ ਉਂਗਲਾਂ ਮਾਰ ਮਾਰ ਕੇ, ਆਪ ਸਿਆਣੇ ਬਣ ਬਣ ਕੇ ਲੋਕਾਂ ਨੂੰ ਸੰਗਤ ਨੂੰ ਸਮਝਣਾ ਵੀ ਇਹ ਮੂਰਖ ਹੀ ਬੈਠੇ ਹੈ। ਸਾਡੇ ਵਿੱਚ ਬਹੁਤ ਵੱਡੀ ਕਮੀ ਆ ਗਈ ਸਿੱਖਾਂ ਵਿੱਚ। ਇੱਕ ਪਾਸੇ ਤਾਂ ਕਹਿੰਦੇ ਆ ਵੀ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਵੀ ਸੰਗਤ ਵਿੱਚ ਰੱਬ ਵੱਸਦਾ। ਦੂਜੇ ਪਾਸੇ ਸੰਗਤ ਨੂੰ ਸਮਝਦੇ ਆ ਵੀ ਇਹ ਤਾਂ ਮੂਰਖਾਂ ਦਾ ਟੋਲਾ, ਵੀ ਅਸੀਂ ਸਿਆਣੇ ਹੈ, ਅਸੀਂ ਬੁੱਧੀਵਾਨ ਹੈ, ਬੜੇ ਬੁੱਧੀਜੀਵੀ ਹੈ, ਬੜੇ ਵੱਡੇ ਬਖਤੇ ਹੈ, ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ। ਇੰਨੇ ਮਨ ਚੰਚਲ ਹੋ ਗਏ, ਇਹ ਨਹੀਂ ਪਤਾ ਗੁਰੂ ਕੀ ਸੰਗਤ ਵਿੱਚ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ। ਸਾਧ ਸੰਗਤ ਜੀ, ਇਹ ਸੋਚਿਆ ਵੀ ਨਹੀਂ ਜਾ ਸਕਦਾ, ਦਸਾਂ ਨਹੁੰ ਦੀ ਕਿਰਤ ਕਰਨ ਵਾਲੇ ਸਿੱਖ ਪਤਾ ਨਹੀਂ ਕਿੰਨੀ ਕਿੰਨੀ ਬਾਣੀ ਪੜ੍ਹਨ ਵਾਲੇ ਸੰਗਤ ਵਿੱਚ ਬੈਠੇ ਹੁੰਦੇ, ਕਿੰਨੀ ਕਿੰਨੀ ਸੇਵਾ ਕਰਨ ਵਾਲੇ ਗੁਰਮੁਖ ਬੈਠੇ ਹੁੰਦੇ ਹੈ। ਲਿਬਾਸ ਕਰਕੇ ਅਸੀਂ ਕਈ ਵਾਰੀ ਦੂਜੇ ਨੂੰ ਸੰਤ ਵੇਖ ਲਈਦਾ, ਸਮਝ ਵੀ ਲਈਦਾ, ਪਰ ਸੰਗਤ ਵਿੱਚ ਸੰਤਾਂ ਨਾਲੋਂ ਵੀ, ਕਹਿਣ ਵਾਲੇ ਸੰਤਾਂ ਨਾਲੋਂ ਵੀ ਵੱਡੀ ਅਵਸਥਾ ਦੇ ਮਾਲਕ ਗੁਰਸਿੱਖ ਬੈਠੇ ਹੁੰਦੇ ਆ। ਸਾਦਗੀ ਨਾਲ, ਨਿਮਰਤਾ ਨਾਲ, ਭਾਵਨਾ ਨਾਲ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਜਿਹੜਾ ਬਖਤਾ ਇਹ ਸਮਝ ਕੇ ਕਥਾ ਕਰੇਗਾ ਨਾ ਕਿ ਮੈਂ ਵੱਡਾ ਵਿਦਵਾਨ, ਮੈਂ ਵੱਡਾ ਗਿਆਨੀ, ਅਤੇ ਸਾਰੇ ਮੇਰੇ ਤੋਂ, ਮੇਰੇ ਅੱਗੇ ਤੁੱਛ ਹੈ, ਉਹ ਮਾਰ ਇੱਕ ਨਾ ਇੱਕ ਦਿਨ ਖਾਵੇਗਾ ਹੀ ਖਾਵੇਗਾ। ਸੰਗਤ ਨੂੰ ਤਾਂ ਰੱਬ ਰੂਪ ਸਮਝਣਾ, ਸੰਗਤ ਨੂੰ ਗੁਰੂ ਦਾ ਰੂਪ ਸਮਝਣਾ। ਸੰਗਤ ਅੱਗੇ ਤਾਂ ਅਸੀਂ ਆਪਣਾ ਪਰਚਾ ਦੇ ਰਹੇ ਹਾਂ, ਪਾਸ ਸੰਗਤ ਨੇ ਕਰਨਾ, ਸੰਗਤ ਨਾਲੋਂ ਕੌਣ ਵੱਡਾ? ਇਸ ਕਰਕੇ ਭਾਈ ਮਹਾਰਾਜ ਕਹਿੰਦੇ ਜਿਵੇਂ ਲੋਕਾਂ ਨੂੰ ਸਮਝਾਉਂਦੇ ਰਹੇ ਨਾ, ਬੜੀਆਂ ਤਿੱਖੀਆਂ ਦਲੀਲਾਂ ਦੇ ਦੇ ਕੇ, ਬੜੀਆਂ ਚਟਪਟੀਆਂ ਗੱਲਾਂ ਸੁਣਾ ਸੁਣਾ ਕੇ, ਲੋਕਾਂ ਨੂੰ ਤਾਂ ਬੜਾ ਸੁਣਾਇਆ, ਜਿਵੇਂ ਲੋਕਾਂ ਨੂੰ ਸੁਣਾਉਂਦੇ ਰਹੇ ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ। ਅਨਕ ਭਾਂਤ ਕੀ ਕਰ ਚਤੁਰਾਈ, ਅਨੇਕਾਂ ਤਰ੍ਹਾਂ ਦੀ ਚਤੁਰਾਈ ਕਰਕੇ, ਬੜੀ ਸਿਆਣਪ, ਬੜੀ ਚਲਾਕੀ ਦੇ ਨਾਲ, ਬੜੀ ਚੰਚਲ ਬੁੱਧੀ ਦੇ ਨਾਲ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ, ਕੋਈ ਇੱਧਰਲੇ ਗ੍ਰੰਥ ਵਿੱਚੋਂ, ਕੋਈ ਉੱਧਰਲੇ। ਅੱਜ ਦੇ ਪ੍ਰਚਾਰਕ ਤਾਂ ਸਾਧ ਸੰਗਤ ਜੀ ਅੱਧੇ ਰਜਨੀਸ਼ ਹੀ ਸੁਣਾਈ ਜਾਂਦੇ ਆ ਲੋਕਾਂ ਨੂੰ, ਕੋਈ ਕਿਸੇ ਦਾ ਗਿਆਨ ਸੁਣਾਈ ਜਾਂਦਾ, ਕੋਈ ਕਿਸੇ ਦਾ ਸੁਣਾਈ ਜਾਂਦਾ। ਐਡਾ ਵੱਡਾ ਗੁਰੂ ਸਾਹਿਬ ਨੇ ਮੋਲ ਖਜ਼ਾਨਾ ਗੁਰਬਾਣੀ ਦਾ, ਗੁਰ ਇਤਿਹਾਸ ਦਾ, ਦਸਮ ਦੀ ਬਾਣੀ ਦਾ ਸਾਡੇ ਕੋਲ ਬਖਸ਼ਿਆ, ਤਾਂ ਕਦੇ ਮੁੱਕ ਹੀ ਨਹੀਂ ਸਕਦਾ।
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਭਾਈ ਗੁਰਦਾਸ ਜੀ ਦੀ ਬਾਣੀ ਹੈ, ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ, ਕਿੱਡਾ ਕਿੱਡਾ ਇਤਿਹਾਸ ਸਾਡੇ ਕੋਲੇ, ਸ਼੍ਰੀ ਗੁਰੂ ਨਾਨਕ ਪ੍ਰਤਾਪ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇੰਨੀ ਭਾਈ ਸੰਤੋਖ ਸਿੰਘ ਜੀ ਨੇ ਮਿਹਨਤ ਕੀਤੀ ਕਿ ਸਾਰੇ ਸ਼ਾਸਤਰਾਂ ਦਾ ਸਿਧਾਂਤ ਇਤਿਹਾਸ ਵਿੱਚ ਗੋਹਜ ਰੂਪ ਦੇ ਵਿੱਚ ਆਪ ਜੀ ਨੇ ਰੱਖ ਦਿੱਤਾ, ਜਿਹੜਾ ਵੱਡੇ ਵੱਡੇ ਸ਼ਾਸਤਰਾਂ ਵਿੱਚੋਂ ਵੀ ਨਹੀਂ ਮਿਲਦਾ। ਕਈ ਵਾਰੀ ਦੂਸਰੇ ਧਰਮਾਂ ਦੇ ਵਿਦਵਾਨ ਦੇਖ ਕੇ ਚਕਰਤ ਹੋ ਜਾਂਦੇ ਹੈ, ਹੈਰਾਨ ਹੋ ਜਾਂਦੇ ਵੀ ਐਡੀ ਡੂੰਘੀ ਵਿੱਦਿਆ ਗੁਰੂ ਘਰ ਦੇ ਵਿੱਚ ਗੁਰਸਿੱਖਾਂ ਨੇ ਸੰਭਾਲ ਕੇ ਰੱਖੀ। ਇਸ ਕਰਕੇ ਮਹਾਰਾਜ ਕਹਿੰਦੇ ਬਈ ਅਣਕ ਭਾਂਤ ਕੀ, ਅਨੇਕਾਂ ਤਰ੍ਹਾਂ ਦੀਆਂ ਚਤਰਾਈਆਂ ਕਰਕੇ ਬੰਦਾ ਕਹਿੰਦੇ ਤੁਸੀਂ ਲੋਕਾਂ ਨੂੰ ਸੁਣਾਉਂਦੇ ਰਹੇ ਵਿਖਿਆਨ, ਕਰਹੁ ਰਿਝਾਵਨ ਠਾਨ ਉਪਾਈ। ਇਹੀ ਉਪਾਅ, ਇਸੇ ਤਰੱਦਦ ਵਿੱਚ, ਇਸੇ ਯਤਨ ਵਿੱਚ ਲੱਗੇ ਰਹੇ ਕਿ ਲੋਕਾਂ ਨੂੰ ਪ੍ਰਸੰਨ ਕਰ ਲਈਏ। ਤੈਸੇ ਮਨ ਸਮਝਾਵਨ ਕਾਰਨ, ਕਹਿੰਦੇ ਜਿਵੇਂ ਲੋਕਾਂ ਨੂੰ ਸਮਝਾਉਂਦੇ ਰਹੇ, ਆਪਣੇ ਮਨ ਨੂੰ ਵੀ ਸਮਝਾਓ, ਆਪਣੇ ਮਨ ਨੂੰ ਵੀ ਸ਼ੁਭ ਸਿੱਖਿਆ ਦਿਓ। ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸਿੱਖਿਆ ਦੇਣ ਵਾਸਤੇ, ਮਨ ਨੂੰ ਮਨ ਵਿੱਚੋਂ ਐਬ ਦੂਰ ਕਰਨ ਵਾਸਤੇ, ਪਠ ਬੇਤਾਂਤ ਸੋ ਕਰੋ ਵਿਚਾਰਨ। ਓ ਬ੍ਰਹਮ ਵਿੱਦਿਆ, ਪਰਮਾਰਥ ਦੀ ਵਿੱਦਿਆ ਤੁਸੀਂ ਨਹੀਂ ਪੜ੍ਹੀ, ਉਹ ਵਿੱਦਿਆ ਤੁਸੀਂ ਪੜ੍ਹੋ ਔਰ ਵਿਚਾਰ ਕਰੋ ਆਪਣੇ ਹਿਰਦੇ ਵਿੱਚ ਕਿ ਇਸ ਪਰਮਾਰਥ ਦੀ ਵਿੱਦਿਆ ਦਾ ਸਾਰ ਸਿਧਾਂਤ ਸਾਨੂੰ ਕੀ ਸਿੱਖਿਆ ਦੇ ਰਿਹਾ ਕਿ ਮਨ ਨੂੰ ਜਿਹੜਾ ਹੈ ਔਗੁਣਾਂ ਤੋਂ ਕਿਵੇਂ ਬਰੀ ਕਰਨਾ, ਔਗੁਣਾਂ ਤੋਂ ਕਿਵੇਂ ਰੋਕਣਾ, ਮਨ ਨੂੰ ਕਿਵੇਂ ਬਚਾਉਣਾ, ਮਨ ਵਿੱਚ ਸ਼ੁਭ ਗੁਣ ਕਿਵੇਂ ਭਰਨੇ ਹੈ, ਬ੍ਰਹਮ ਵਿਚਾਰ ਕਿਵੇਂ ਕਰਨੀ ਹੈ ਔਰ ਸਤ ਸਰੂਪ ਦਾ ਗ੍ਰਹਿਣ ਧਾਰਨ ਕਿਵੇਂ ਕਰਨਾ ਹੈ। ਇਸ ਉੱਦਮ ਮੈਂ ਬਹੁਤ ਜਬ ਲਾਗੋ, ਜਦੋਂ ਬਹੁਤ ਇਸ ਉੱਦਮ ਦੇ ਵਿੱਚ ਲੱਗੋਗੇ ਨਾ, ਉੱਦਮ ਕਰੋਗੇ ਕਿ ਮਨ ਦਾ ਸੁਧਾਰ ਕਰਨਾ ਹੈ। ਸਿਮਰੋ ਸਤਨਾਮ ਅਨੁਰਾਗੋ, ਫਿਰ ਤੁਸੀਂ ਮਨ ਦਾ ਭਲਾ ਕਰਨ ਵਾਸਤੇ, ਮਨ ਦੀ ਸੁਧਾਈ ਕਰਨ ਵਾਸਤੇ, ਮਨ ਦੀਆਂ ਮੈਲਾਂ ਦੂਰ ਕਰਨ ਵਾਸਤੇ, ਮਨ ਨੂੰ ਸਾਫ਼ ਕਰਨ ਵਾਸਤੇ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਨਾਲ ਸਿਮਰਨ ਕਰੋਗੇ। ਮਨ ਐਵੇਂ ਨਹੀਂ ਸੁਧਰਦਾ, ਮਨ ਦੀ ਸਫਾਈ ਜਾਂ ਸੇਵਾ ਨਾਲ ਜਾਂ ਗੁਰਬਾਣੀ ਅਤੇ ਸਿਮਰਨ ਨਾਲ ਹੁੰਦੀ ਹੈ, ਉੱਦਾਂ ਨਹੀਂ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਉਹ ਮਨ ਹੋੜੀ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਅੱਗੇ ਰਾਖ ਕੈ ਊਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੈ। ਗੁਰੂ ਦੇ ਹੁਕਮਾਂ ਦਾ ਕੁੰਡਾ ਹੋਵੇ, ਜਿਵੇਂ ਹਾਥੀ ਸਾਧ ਸੰਗਤ ਜੀ ਅੰਕੁਸ਼ ਦੇ ਇਸ਼ਾਰੇ 'ਤੇ ਚੱਲਦਾ, ਇਵੇਂ ਗੁਰੂ ਦੇ ਹੁਕਮ ਦਾ ਕੁੰਡਾ ਮਨ ਉੱਤੇ ਰੱਖਿਆ ਜਾਏ ਔਰ ਨਾਮ ਬਾਣੀ ਦਾ ਅਭਿਆਸ, ਸਿਮਰਨ ਦਾ ਅਭਿਆਸ, ਸੇਵਾ। ਜੇ ਇਸ ਸਿਮਰਨ ਦਾ ਮਨ ਵਿੱਚ ਅਨੁਰਾਗ ਪ੍ਰੇਮ ਪੈਦਾ ਹੋ ਗਿਆ ਅਤੇ ਉੱਦਮ ਵਿੱਚ ਲੱਗ ਗਿਆ, ਸੇਵਾ ਵਿੱਚ ਲੱਗ ਗਿਆ, ਸਿਮਰਨ ਵਿੱਚ ਲੱਗ ਗਿਆ, ਮਹਾਰਾਜ ਕਹਿੰਦੇ ਜਦੋਂ ਮਨ ਵਿੱਚ ਇਸ ਤਰ੍ਹਾਂ ਸਿਮਰਨ ਦਾ ਪ੍ਰੇਮ ਪੈਦਾ ਹੋ ਗਿਆ, ਵੈਰਾਗ ਆ ਗਿਆ। ਮਾਸ ਮਾਸ ਮਹਿ ਦਰਸੋ ਗੁਰ ਕੋ, ਹਰ ਮਹੀਨੇ ਦੇ ਮਹੀਨੇ ਗੁਰੂ ਦੇ ਦਰਸ਼ਨ ਕਰਨ ਆਉਣਾ ਸੰਗਤ ਵਿੱਚ। ਆਏ ਬਿਰਤੰਤ ਬਤਾਵੋ ਔਰ ਕੋ, ਆਪਣੇ ਹਿਰਦਾ ਹਾਲ ਸੁਣਾਉਣਾ ਕਿ ਮਹਾਰਾਜ ਅੱਗੇ ਮਨ ਇੰਨਾ ਨਹੀਂ ਟਿਕਦਾ ਸੀ,
ਹੁਣ ਇੰਨੀਆਂ ਘੜੀਆਂ ਬਾਣੀ ਵਿੱਚ ਜੁੜਨ ਲੱਗ ਗਿਆ, ਨਾਮ ਵਿੱਚ ਜੁੜਨ ਲੱਗ ਗਿਆ, ਮਨ ਨੂੰ ਸ਼ਾਂਤੀ ਆਉਣ ਲੱਗ ਗਈ, ਜਾਂ ਮਨ ਇੰਨੇ ਕੁ ਐਬ ਚਿਤਵਦਾ, ਮਨ ਵਿੱਚ ਇੰਨੀਆਂ ਕੁ ਮੈਲਾਂ ਹਨ, ਇੰਨੇ ਕੁ ਵਿਕਾਰ ਪੈਦਾ ਹੁੰਦੇ ਹੈ। ਜਦੋਂ ਇਹ ਬਿਰਤਾਂਤ ਆ ਕੇ ਆਪਣਾ ਹਾਲ ਸਾਨੂੰ ਸੁਣਾਉਂਗੇ, ਦੁੱਖ ਸੁੱਖ ਜੋ ਪਈਐ ਪਰਲੋਕ, ਸੁੱਖ ਦੁੱਖ ਜੋ ਪਈਐ ਪਰਲੋਕ, ਜਿਹੜੇ ਸੁਖਾਂ ਅਤੇ ਦੁੱਖਾਂ ਦੇ ਕਾਰਨ ਬੰਦਾ ਪਰਲੋਕ ਦੇ ਰਸਤੇ ਨੂੰ ਜਾਂਦਾ, ਜਾਂ ਇਉਂ ਕਹੋ ਕਿ ਪਰਲੋਕ ਦੇ ਰਸਤੇ ਦੇ ਵਿੱਚ ਕਿਹੜੇ ਕਿਹੜੇ ਦੁੱਖ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ, ਔਰ ਕਿਹਨਾਂ ਕਰਕੇ ਪ੍ਰਲੋਕ ਦਾ ਮਾਰਗ ਸੁਖੀ ਹੋ ਸਕਦਾ ਹੈ। ਤਿਸ ਕੋ ਲਖੋ ਲਿਹੋ ਮਨ ਰੋਕ, ਉਹਨਾਂ ਔਗਣਾਂ ਨੂੰ ਉਹਨਾਂ ਐਬਾਂ ਨੂੰ ਵਿਚਾਰਨਾ, ਸੋਚਣਾ ਕਿ ਜੇ ਇਹ ਪਾਪ ਨਾ ਛੱਡੇ ਤਾਂ ਪ੍ਰਲੋਕ ਵਿੱਚ ਸਾਨੂੰ ਥਾਂ ਨਹੀਂ, ਢੋਈ ਨਹੀਂ ਮਿਲਣੀ, ਔਰ ਕਿਹਨਾਂ ਕਾਰਨਾਂ ਕਰਕੇ ਪ੍ਰਲੋਕ ਵਿੱਚ ਦੁੱਖ ਮਿਲਦੇ ਹੈ, ਜਮਾਂ ਦੀਆਂ ਸਜਾਵਾਂ ਮਿਲਦੀਆਂ, ਉਹ ਔਗਣਾਂ ਦਾ ਐਬਾਂ ਦਾ ਤਿਆਗ ਕਰਨਾ ਔਰ ਮਨ ਨੂੰ ਉੱਧਰਲੇ ਪਾਸੇ ਜਾਣ ਤੋਂ ਰੋਕ ਕੇ ਰੱਖਣਾ। ਸਾਧ ਸੰਗਤ ਜੀ, ਮਨ ਹੀ ਹੈ ਨਾ, ਜੇ ਮਨ ਵਿੱਚ ਦੇਖੋ ਇੱਕ ਵਿਚਾਰ ਹੈ, ਆਪਣੇ ਘਰ ਵਿੱਚ ਧਨ ਪਿਆ, ਕਦੇ ਬੰਦੇ ਦੇ ਮਨ ਵਿੱਚ ਲਾਲਚ ਆਉਂਦਾ ਕਿ ਮੈਂ ਆਪਣੇ ਘਰ ਦੀ ਚੋਰੀ ਕਰਾਂ? ਕਦੇ ਨਹੀਂ ਆਉਂਦਾ। ਬਗਾਨੇ ਦੇ ਘਰ ਵਿੱਚ ਪਿਆ, ਉੱਥੇ ਮਨ ਜਾਂਦਾ ਵੀ ਹਾਂ ਇੱਥੋਂ ਚੋਰੀ ਕਰ ਲਾਂ, ਇੱਥੋਂ ਖੋਹ ਲਾਂ, ਇੱਥੋਂ ਚੁੱਕ ਲਾਂ। ਜੇ ਇਹ ਸਮਝਣ ਲੱਗ ਜਾਵੇ ਵੀ ਇਹ ਵੀ ਮੇਰਾ ਹੀ ਹੈ ਤੇ ਮਨ ਵਿੱਚੋਂ ਸਾਧ ਸੰਗਤ ਜੀ ਲਾਲਚ ਖਤਮ ਹੋ ਗਿਆ। ਜਿਹੜੀ ਦ੍ਰਿਸ਼ਟੀ ਆਪਣੇ ਪਰਿਵਾਰ ਤੇ ਹੈ ਉਹੀ ਦ੍ਰਿਸ਼ਟੀ ਦੂਸਰਿਆਂ ਤੇ ਚਲੀ ਜਾਏ, ਮਨ ਰੁਕ ਜਾਏ ਤਾਂ ਵਿਕਾਰਾਂ ਤੋਂ ਮਨ ਰੁਕ ਜਾਏਗਾ। ਮਨ ਦਾ ਸੁਭਾਅ ਹੀ ਬਦਲਣਾ ਨਾ, ਮਨ ਨੂੰ ਉਹ ਦ੍ਰਿਸ਼ਟੀ ਦੇ ਵਿੱਚ ਲਿਆਉਣਾ, ਜਿਹੜੀ ਦ੍ਰਿਸ਼ਟੀ ਜਿਸ ਥਾਂ ਤੇ ਅਪਣੱਤ ਹੈ ਉਸ ਉਹੀ ਦ੍ਰਿਸ਼ਟੀ ਦੂਸਰਿਆਂ ਪ੍ਰਤੀ ਮਨ ਦੇ ਵਿੱਚ ਉਹ ਸੋਚ, ਉਹ ਖਿਆਲ, ਉਹ ਭਾਵਨਾ ਪੈਦਾ ਕਰ। ਗੁਰਮੁਖ ਮਨ ਨੂੰ ਰੋਕਦਾ ਵਿਚਾਰ ਦੇ ਨਾਲ, ਗੁਰੂ ਦੇ ਹੁਕਮਾਂ ਦੇ ਭੈ ਅਨੁਸਾਰ। ਜਦੋਂ ਇਉਂ ਮਨ ਨੂੰ ਸੰਗਲ ਪਾ ਲੈਂਦਾ ਨਾ ਗੁਰੂ ਦੇ ਹੁਕਮਾਂ ਦਾ, ਤਾਂ ਸਾਧ ਸੰਗਤ ਜੀ ਮਨ ਰੁਕ ਜਾਂਦਾ ਹੈ। ਤਿਸ ਕੋ ਲਖੋ ਲਿਹੋ ਮਨ ਰੋਕ, ਜਿਹਨਾਂ ਕਾਰਨਾਂ ਕਰਕੇ ਦੁੱਖ, ਜਿਹਨਾਂ ਕਾਰਨਾਂ ਕਰਕੇ ਸੰਕਟ ਪੈਦਾ ਹੁੰਦੇ ਹੈ, ਮਨ ਨੂੰ ਉੱਧਰ ਜਾਣ ਤੋਂ ਰੋਕਣਾ। ਮਹਾਰਾਜ ਕੀ ਕਹਿੰਦੇ, ਦਿਸ਼ਟ ਵਿਕਾਰੀ ਬੰਧਨ ਬੰਧ ਹੈ ਹੁਣ ਤਿਸਕੇ ਬਲ ਜਾਈ। ਵਿਕਾਰ ਮਨ ਵਿੱਚੋਂ ਦੂਰ ਹੋਣੇ ਬਹੁਤ ਕਠਿਨ ਹਨ, ਦਾਵਾ ਨਹੀਂ ਕੋਈ ਕਰ ਸਕਦਾ। ਗੁਰੂ ਸਾਹਿਬ ਦੀ ਕਿਰਪਾ ਹੋਏ ਤਾਂ ਹੀ ਮਨ ਨੂੰ ਸੱਚੇ ਪਾਤਸ਼ਾਹ ਰੋਕ ਸਕਦੇ ਆ, ਸ਼ਾਂਤੀ ਦੇ ਸਕਦੇ ਆ। ਪਰ ਮਹਾਰਾਜ ਕਹਿੰਦੇ ਭਾਈ, ਬਾਹਰਲੀ ਬਹਿਰੂਨੀ ਪੱਖੀ ਵਿਕਾਰਾਂ ਵੱਲੋਂ ਦ੍ਰਿਸ਼ਟੀ ਨੂੰ ਬੰਨ ਲੈ, ਰੋਕ ਲੈ। ਜੇ ਤੇਰੀ ਦ੍ਰਿਸ਼ਟੀ ਵਿਕਾਰਾਂ ਵੱਲੋਂ ਵੀ ਰੁਕ ਗਈ ਨਾ ਤਾਂ ਵੀ ਮਹਾਰਾਜ ਕਹਿੰਦੇ ਤੇਰੇ ਤੋਂ ਤਾਂ ਇੱਥੋਂ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ ਅਸੀਂ, ਵੀ ਤੂੰ ਧੰਨ ਹੈ ਜਿਹਨੇ ਆਪਣੇ ਆਪ ਨੂੰ ਰੋਕ ਲਿਆ, ਸੰਜਮ ਵਿੱਚ ਰੱਖ ਲਿਆ। ਮੈਨੂੰ ਭਾਈ ਪਰਮਜੀਤ ਸਿੰਘ ਜੀ ਸੋਹਲ ਸਰੀ ਵਿੱਚ ਰਹਿਣ ਵਾਲੇ, ਉਹਨਾਂ ਗੁਰਮੁਖਾਂ ਨੇ ਇੱਕ ਬੜਾ ਕੀਮਤੀ ਬਚਨ ਸੁਣਾਇਆ, ਤੁਹਾਡੇ ਵੀ ਸੁਣਨ ਵਾਲਾ। ਕਹਿੰਦੇ ਉਹ ਸਾਧ ਸੰਗਤ ਜੀ ਸੀਏ ਦੀ
ਸਾਰਾ ਉਹ ਲੋਕਾਂ ਦਾ ਟੈਕਸ ਭਰਨ ਦਾ ਸਾਰਾ ਕੰਮ ਕਰਦੇ ਆ। ਉਹਨਾਂ ਪਾਸ ਇੱਕ ਬਜ਼ੁਰਗ ਮੁਸਲਮਾਨ ਬੜੀ ਵੱਡੀ ਕੰਪਨੀ ਦਾ ਮਾਲਕ ਆਪਣਾ ਟੈਕਸ ਭਰਾਉਣ ਆਇਆ। ਜਦੋਂ ਆਇਆ ਉਹ ਗੁਟਕੇ ਤੋਂ ਜਪਜੀ ਸਾਹਿਬ ਦੇ ਪਾਠ ਕਰ ਰਹੇ ਸਨ, ਬਾਣੀ ਪੜ੍ਹ ਰਹੇ ਸਨ, ਵੀ ਅਜੇ ਕੋਈ ਗਾਹਕ ਕੰਮ ਕਰਾਉਣ ਵਾਲੇ ਆਏ ਨਹੀਂ, ਬਾਣੀ ਪੜ੍ਹ ਲਈਏ। ਤਾਂ ਉਹਨੇ ਆ ਕੇ ਬੈੱਲ ਮਾਰੀ ਅਤੇ ਉਹ ਪਾਠ ਕਰ ਰਹੇ ਸਨ। ਪਾਠ ਪੂਰਾ ਹੋਇਆ, ਉਹਨਾਂ ਨੇ ਬਿਠਾ ਕੇ ਪੁੱਛਿਆ। ਪੁੱਛਣ ਤੋਂ ਬਾਅਦ ਉਹਨੇ ਬੜੀ ਬਾ ਕਮਾਲ ਘਟਨਾ ਆਪਣੇ ਦਾਦੇ ਦੀ ਸੁਣਾਈ। ਕਹਿਣ ਲੱਗਾ ਵੀ ਤੁਸੀਂ ਗੁਰਸਿੱਖ ਹੋ, ਰੱਬ ਦਾ ਨਾਂ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਰੱਬ ਦੀ ਬੰਦਗੀ, ਖੁਦਾ ਦੀ ਬੰਦਗੀ ਕਰਨ ਵਾਲੇ, ਤੁਸੀਂ ਦਸਾਂ ਨੌਂ ਦੀ ਕਿਰਤ ਕਰਨ ਵਾਲੇ ਵੀ ਸਿੱਖ ਹੋ। ਕਹਿੰਦਾ ਮੈਂ ਤੁਹਾਨੂੰ ਬੜਾ ਧਾਰਮਿਕ ਗੁਰੂ ਕਾ ਸਿੱਖ ਜਾਣ ਕੇ ਹਮੇਸ਼ਾ ਤੁਹਾਨੂੰ ਵੇਖਦਾ, ਤੁਸੀਂ ਰਹਿਤ ਰੱਖਦੇ ਹੈ, ਬਾਣੀ ਪੜ੍ਹਦੇ, ਤੁਹਾਡੀ ਬੜੀ ਨਿਰਮਲ ਰਹਿਣੀ ਹੈ। ਮੈਂ ਤੁਹਾਨੂੰ ਆਪਣੇ ਪਰਿਵਾਰ ਵਿੱਚ ਇੱਕ ਵਾਪਰੀ ਘਟਨਾ ਸੁਣਾਉਣਾ। ਸੋਹਲ ਸਾਹਿਬ ਕਹਿਣ ਲੱਗੇ ਸੁਣਾਓ। ਕਹਿੰਦੇ ਜੀ ਮੇਰਾ ਜਿਹੜਾ ਦਾਦਾ ਸੀ ਨਾ, ਉਹ ਮਸੀਤ ਦੇ ਵਿੱਚ ਮੁੱਲਾਂ ਦੀ ਜਿਹੜੀ ਡਿਊਟੀ ਦਿਆ ਕਰਦਾ, ਮਸੀਤ ਵਿੱਚ ਰਿਹਾ ਕਰਦਾ, ਔਰ ਉਸ ਨੇ ਸਮੇਂ ਸਿਰ ਵਾਂਗ ਦੇਣੀ। ਮੁਸਲਮਾਨ ਵੀਰਾਂ ਨੇ ਇਕੱਠੇ ਹੋ ਕੇ ਆ ਕੇ ਨਮਾਜ਼ ਵਕਤ ਸਿਰ ਪੜ੍ਹਨੀ, ਰਾਤ ਨੂੰ ਵੀ ਮਸੀਤ ਵਿੱਚ ਰਹਿਣਾ, ਦਿਨੇ ਵੀ ਮਸੀਤ ਵਿੱਚ ਹੀ ਰਹਿਣਾ, ਰੱਬ ਦੀ ਖੁਦਾ ਦੀ ਬੰਦਗੀ ਕਰਨੀ। ਇੱਕ ਵਾਰੀ ਕਹਿੰਦੇ ਕੀ ਘਟਨਾ ਹੋਈ, ਸ਼ਾਮ ਦਾ ਸਮਾਂ ਪੈ ਗਿਆ, ਇੱਕ ਨੌਜਵਾਨ ਅਵਸਥਾ ਦੀ ਬੜੀ ਸੁੰਦਰ ਕੁਆਰ ਅਵਸਥਾ ਦੀ ਲੜਕੀ ਮਸੀਤ ਵਿੱਚ ਆਈ, ਔਰ ਉਸ ਲੜਕੀ ਨੇ ਕਿਹਾ ਕਿ ਹੇ ਮੁੱਲਾਂ ਜੀ, ਮੇਰਾ ਨਗਰ ਇੱਥੋਂ ਦੋ ਪਿੰਡ ਛੱਡ ਕੇ ਦੂਰ ਹੈ, ਰਾਤ ਪੈ ਗਈ, ਜੇ ਤੁਸੀਂ ਮੈਨੂੰ ਇਸ ਧਰਮ ਸਥਾਨ ਵਿੱਚ ਪਨਾਹ ਦੇ ਦਿਓ ਤਾਂ ਮੈਂ ਆਪਣੀ ਰਾਤ ਗੁਜ਼ਾਰ ਲਵਾਂਗੀ, ਦਿਨ ਚੜ੍ਹਦੇ ਮੈਂ ਆਪਣੇ ਨਗਰ ਚਲੀ ਜਾਵਾਂਗੀ। ਉਦੋਂ ਲੋਕ ਤੁਰ ਕੇ ਜਾਂਦੇ ਸਨ। ਜੇ ਮੈਂ ਕਿਸੇ ਦੇ ਘਰੇ ਗਈ, ਹੋ ਸਕਦਾ ਮੇਰੀ ਇੱਜ਼ਤ ਪੱਤ ਸੱਚੀ ਸੁੱਚੀ ਨਾ ਰਹੇ, ਕਿਸੇ ਦੇ ਘਰ ਵਿੱਚ ਰਹਿਣਾ ਮੇਰਾ ਯੋਗ ਨਹੀਂ, ਇਹ ਖੁਦਾ ਦਾ ਰੱਬ ਦਾ ਦਰ ਹੈ, ਇੱਥੇ ਮੈਨੂੰ ਆਸ ਹੈ ਕਿ ਮੇਰੀ ਇੱਜ਼ਤ ਮਹਿਫੂਜ਼ ਰਹੇਗੀ, ਸੁਰੱਖਿਅਤ ਰਹੇਗੀ। ਉਹਨੇ ਕਹਿਣ ਲੱਗਾ ਪੁੱਤਰੀ, ਇਹ ਖੁਦਾ ਦਾ ਘਰ ਹੈ ਅਤੇ ਇਹੋ ਜਿਹੇ ਸਮੇਂ ਤੈਨੂੰ ਛੱਡ ਕੇ ਆਉਣਾ ਵੀ ਮੇਰੇ ਲਈ ਠੀਕ ਨਹੀਂ। ਉਹਨੇ ਇੱਕ ਕਮਰਾ ਖੋਲ੍ਹ ਕੇ ਉਸ ਲੜਕੀ ਨੂੰ ਕਮਰੇ ਵਿੱਚ ਆਰਾਮ ਲਈ ਜਗ੍ਹਾ ਦੇ ਦਿੱਤੀ। ਹੁਣ ਸਾਧ ਸੰਗਤ ਜੀ, ਦੇਵ ਨੇ ਉਹ ਲੜਕੀ ਦਾ ਇੰਨਾ ਸੁੰਦਰ ਸਰੂਪ, ਉਹਦੇ ਮਨ ਵਿੱਚ ਮੈਲ ਆਉਣੀ ਸ਼ੁਰੂ ਹੋ ਗਈ। ਜਦੋਂ ਉਹਦਾ ਮਨ ਕਾਬੂ ਤੋਂ ਬਾਹਰ ਚੱਲਿਆ ਜਾਵੇ ਨਾ, ਵੀ ਮਨ ਨੂੰ ਕੰਟਰੋਲ ਕਰਨਾ ਬੜਾ ਕਠਿਨ ਹੋ ਗਿਆ, ਰੂਪੇ ਕੰਮ ਹੈ ਦੋਸਤੀ, ਭੁੱਖ ਹੈ ਸੱਦ ਹੈ ਗੰਢ, ਉਹ ਕਹਿੰਦਾ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ। ਜਦੋਂ ਮਨ ਬੇਵੱਸ ਕਰ ਦੇਵੇ ਨਾ, ਵੀ ਲੜਕੀ ਇਕੱਲੀ ਹੈ, ਮੈਨੂੰ ਕੌਣ ਹੈ ਰੋਕਣ ਵਾਲਾ, ਉਹ ਅੱਗ ਦੇ ਉੱਤੇ ਐਂ ਹੱਥ ਕਰ ਦਿਆ ਕਰੇ, ਹੱਥ ਸੜਨੇ ਸ਼ੁਰੂ ਹੋ ਗਏ। ਫਿਰ ਮਨ ਉੱਠੇ, ਫਿਰ
ਦੋ ਚਾਰ ਘੰਟਿਆਂ ਤੱਕ ਹੱਥਾਂ ਦਾ ਜਿਹੜਾ ਆਹ ਮਾਸ ਪੋਟੇ ਸਨ ਉਹਨਾਂ ਤੋਂ ਚਰਬੀ ਢਲਕੀ। ਤਕਲੀਫ ਬਹੁਤ, ਕਸ਼ਟ ਬੜਾ। ਦਿਨ ਚੜ੍ਹ ਗਿਆ, ਲੋਕ ਮਸੀਤ ਵਿੱਚ ਆਏ, ਲੋਕਾਂ ਨੂੰ ਪਤਾ ਲੱਗਾ ਵੀ ਇਹਦੇ ਕੋਲ ਮਸੀਤ ਵਿੱਚ ਕੋਈ ਨੌਜਵਾਨ ਲੜਕੀ ਆਈ ਹੈ। ਲੋਕ ਕਹਿਣ ਲੱਗੇ ਵੀ ਮੁੱਲਾ ਬੜਾ ਮਾੜਾ ਮਨੁੱਖ ਹੈ, ਇਸ ਨੂੰ ਸਜ਼ਾ ਦੇ, ਲੜਕੀ ਨੂੰ ਵੀ ਸਜ਼ਾ ਦੇ। ਜਦੋਂ ਲੋਕ ਇਕੱਠੇ ਹੋਏ ਕੀ ਵੇਖਦੇ ਆ, ਉਹਦੇ ਹੱਥਾਂ ਦੇ ਉੱਤੇ ਚਰਬੀ ਢਲੀ ਹੋਈ ਹੈ ਅਤੇ ਹੱਡੀਆਂ ਬਾਹਰ ਦਿਸ ਰਹੀਆਂ। ਲੋਕਾਂ ਨੇ ਪੁੱਛਿਆ ਵੀ ਕੀ ਗੱਲ, ਸਿਆਣੇ ਬੰਦੇ ਵੀ ਹੁੰਦੇ। ਉਹਨੇ ਸੱਚਾ ਸੱਚਾ ਬਚਨ ਦੱਸਿਆ ਵੀ ਇਹ ਲੜਕੀ ਰਾਤ ਰਹਿਣ ਵਾਸਤੇ ਆਈ ਸੀ ਔਰ ਮੈਂ ਇਹਨੂੰ ਨਿਵਾਸ ਦਿੱਤਾ, ਪਰ ਅੱਧੀ ਰਾਤ ਮੇਰਾ ਮਨ ਡੋਲ ਗਿਆ, ਮੇਰੇ ਮਨ ਨੂੰ ਧੀਰਜ ਨਾ ਰਹੀ, ਕਾਬੂ ਤੋਂ ਬਾਹਰ ਚਲਿਆ ਗਿਆ ਮੇਰਾ ਮਨ। ਫਿਰ ਮੈਂ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ ਉਹਦੇ ਵਿੱਚ ਜਾ ਕੇ ਆਪਣੇ ਹੱਥ ਰੱਖ ਦਿੱਤੇ ਵੀ ਕਿਸੇ ਤਰ੍ਹਾਂ ਮੈਂ ਇਹਦਾ ਧਰਮ ਲੜਕੀ ਦਾ ਵੀ ਬਚ ਜਾਵੇ, ਮੇਰਾ ਵੀ ਬਚ ਜਾਵੇ। ਉਹਦੀ ਵੀ ਜੁਵਾ ਅਵਸਥਾ ਹੀ ਸੀ। ਲੋਕਾਂ ਨੇ ਸਾਰਿਆਂ ਨੇ ਪਿੰਡ ਇਕੱਠਾ ਕੀਤਾ, ਮੱਲਮ ਪੱਟੀ ਕੀਤੀ ਔਰ ਲੜਕੀ ਦੇ ਪੇਕਿਆਂ ਨੂੰ ਵੀ ਬੁਲਾ ਲਿਆ, ਜਿੱਥੋਂ ਦੀ ਰਹਿਣ ਵਾਲੀ ਸੀ ਉਹਨਾਂ ਨੂੰ ਸਾਰੀ ਵਾਰਤਾ ਦੱਸੀ। ਉਹ ਲੜਕੀ ਦੇ ਮਾਂ ਬਾਪ ਇੰਨੇ ਪ੍ਰਸੰਨ ਹੋਏ, ਉਸ ਲੜਕੀ ਦਾ ਨਿਕਾਹ ਹੀ ਉਹਦੇ ਨਾਲ ਕਰਤਾ ਉਹਨਾਂ ਨੇ। ਉਹ ਬਜ਼ੁਰਗ ਨੇ ਦੇਖੋ ਸਾਧ ਸਿੰਘ ਜੀ, ਬਾ ਕਮਾਲ ਗੱਲ ਤਾਂ ਇਹ ਹੈ, ਕਹਿੰਦੇ ਉਸ ਉਹਦੇ ਪੋਤੇ ਨੇ ਗੱਲ ਸੁਣਾਈ, ਕਹਿੰਦੇ ਅਸੀਂ ਉਹਦੇ ਕੋਲ ਜਾਣਾ ਆਪਣੇ ਬਾਬੇ ਕੋਲ, ਕਹਿਣਾ ਬਾਬਾ ਸਾਨੂੰ ਖਾਣ ਨੂੰ ਆਹ ਦੇ। ਕਹਿੰਦੇ ਉਹਨੇ ਐਂ ਹੱਥ ਉੱਤੇ ਕਰਨਾ ਖੁਦਾ ਅੱਗੇ, ਹੇ ਖੁਦਾ ਇਹ ਬਾਲਕ ਆਏ, ਪਿੰਡ ਦੇ ਬੱਚੇ ਵੀ ਆਉਣੇ, ਇਹਨਾਂ ਨੇ ਖਾਣ ਲਈ ਇਹ ਮੰਗਿਆ। ਕਹਿੰਦੇ ਉਹਦੇ ਹੱਥ ਉਹਨਾਂ ਵਸਤੂਆਂ ਨਾਲ ਹੀ ਭਰ ਜਾਂਦੇ ਸੀ, ਉਹ ਸਾਡੇ ਮੂਹਰੇ ਢੇਰੀ ਕਰਦੇ। ਕਹਿੰਦੇ ਇੱਕ ਦਿਨ ਉਸਨੇ ਪੁੱਛਿਆ ਵੀ ਬਾਬਾ ਇਹ ਤੈਨੂੰ ਬਰਕਤ, ਇਹ ਮੁਸਲਮਾਨ ਵੀਰ ਉਹਨੂੰ ਬਰਕਤ ਕਹਿੰਦੇ ਆ, ਕਰਾਮਾਤ ਕਹਿੰਦੇ ਆ, ਜਾਂ ਸੌਖਾ ਸ਼ਬਦ ਇਹਨਾਂ ਦਾ ਨਿਆਮਤਾਂ, ਕਹਿੰਦੇ ਇਹ ਨਿਆਮਤਾਂ ਤੈਨੂੰ ਕਿਵੇਂ ਹਾਸਲ ਹੋ ਜਾਂਦੀਆਂ, ਜੋ ਮੰਗੀਦਾ ਤੇਰੇ ਕੋਲੋਂ ਉਹੀ ਮਿਲ ਜਾਂਦਾ। ਕਹਿਣ ਲੱਗਾ ਰੱਬ ਦੇ ਖੌਫ ਵਿੱਚ, ਰੱਬ ਦੇ ਡਰ ਵਿੱਚ, ਰੱਬ ਦੇ ਭੈ ਵਿੱਚ ਕੁਝ ਘੰਟੇ ਹੱਥਾਂ ਦਾ ਮਾਸ ਸੜਾਇਆ, ਕੁਝ ਘੰਟੇ ਡਰ ਰੱਖ ਕੇ ਪਰਮਾਤਮਾ ਦਾ ਕਿ ਰੱਬ ਹਰ ਥਾਂ 'ਤੇ ਮੌਜੂਦ ਹੈ, ਤੇਰੇ ਪਾਪ ਕਰਮਾਂ ਨੂੰ ਦੇਖੇਗਾ, ਤੈਨੂੰ ਸਜ਼ਾ ਦਏਗਾ, ਪਰਮਾਤਮਾ ਦੇ ਡਰ ਵਿੱਚ ਇਹ ਹੱਥ ਸੜਾਏ ਆ। ਕਹਿੰਦਾ ਹੁਣ ਜਦੋਂ ਰੱਬ ਕੋਲੋਂ ਇਹਨਾਂ ਹੱਥਾਂ ਨਾਲ ਮੰਗਦਾ ਨਾ, ਜੋ ਵੀ ਇਹਨਾਂ ਹੱਥਾਂ ਨਾਲ ਕਿਸੇ ਲਈ ਮੰਗਿਆ ਰੱਬ ਉਹੀ ਦਿੰਦਾ। ਇਹਨਾਂ ਹੱਥਾਂ ਨਾਲ ਜਿਹਦੀ ਦੁਆ, ਜਿਹਦੀ ਅਰਦਾਸ ਕੀਤੀ ਉਹਦੀ ਪੂਰੀ ਹੋਈ ਹੈ। ਕਹਿੰਦਾ ਵੀ ਰੱਬ ਦੇ ਖੌਫ ਵਿੱਚ ਜੇ ਬੰਦਾ ਮਨ ਕਰਕੇ ਵੀ ਡੋਲ ਜਾਏ, ਸਰੀਰ ਕਰਕੇ ਰੱਬ ਦਾ ਡਰ ਭੈ ਮੰਨ ਲਵੇ ਨਾ, ਤਾਂ ਰੱਬ ਉਹਨਾਂ ਉੱਤੇ ਵੀ ਬਖਸ਼ਿਸ਼ਾਂ ਦਾ ਮੀਂਹ ਵਰਸਾ ਦਿੰਦਾ, ਨਿਆਮਤਾਂ ਦੇ ਖਜ਼ਾਨੇ ਉਹਨਾਂ ਦੇ ਭਰ ਦਿੰਦਾ। ਦੇਖੋ ਉਹ ਬੱਚੀ ਵੀ ਉਹਨੂੰ ਦੇ ਦਿੱਤੀ ਪਰਮਾਤਮਾ ਨੇ, ਉਹਦੇ ਨਾਲ ਹੀ ਉਹਦਾ ਨਿਕਾਹ ਹੋ ਗਿਆ, ਵਿਆਹ ਹੋ ਗਿਆ। ਪਰ ਕਿਉਂ? ਪਰਮਾਤਮਾ ਨੇ ਦਿੱਤਾ, ਵਾਹਿਗੁਰੂ ਦੇ ਭੈ ਵਿੱਚ ਰਿਹਾ, ਜੋ ਮੰਗਿਆ ਉਹੀ ਮਿਲਿਆ, ਪਰ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਉਸ ਦਾ ਡਰ ਮੰਨਿਆ। ਆਪਣਾ ਡਰ ਮੰਨਣਾ ਬੜਾ ਕਠਿਨ, ਵਾਹਿਗੁਰੂ ਪਰਮੇਸ਼ਰ ਦਾ ਭੈ ਮੰਨਣਾ। ਗੁਰਬਾਣੀ ਵਿੱਚ ਬਚਨ ਆਇਆ ਨਿਕਟ
ਜਾਣੇ ਸੋ ਬੁਰਾ ਕਿਉਂ ਕਰੇ। ਜਿਹੜਾ ਰੱਬ ਨੂੰ ਨੇੜੇ ਤੋਂ ਨੇੜੇ ਜਾਣਦਾ ਉਹ ਬੁਰਾ ਨਹੀਂ ਕਦੇ ਕਰੇਗਾ, ਪਾਪ ਨਹੀਂ ਕਰੇਗਾ, ਬਚੇਗਾ, ਉਹਦੇ ਖੌਫ ਵਿੱਚ ਰਹੇਗਾ, ਡਰ ਵਿੱਚ ਰਹੇਗਾ। ਮਹਾਰਾਜ ਐਡੇ ਦਿਆਲੂ ਹੈ, ਪਰਮੇਸ਼ਰ ਜੀ ਇੰਨੇ ਕਿਰਪਾਲੂ ਹੈ, ਜੇ ਸਰੀਰ ਕਰਕੇ ਵੀ ਗੁਰੂ ਦਾ ਪਰਮੇਸ਼ਰ ਦਾ ਭੈ ਮੰਨ ਲਈਏ ਨਾ ਤਾਂ ਵੀ ਸਾਧ ਸੰਗਤ ਜੀ ਕੁਲਾਂ ਤਰ ਜਾਂਦੀ ਆ। ਮਨ ਕਰਕੇ ਤਾਂ ਮੰਨਣਾ ਬਹੁਤ ਵੱਡੀ ਕਿਰਪਾ। ਇਸੇ ਕਰਕੇ ਰਹਿਣੀ ਬਹਿਣੀ ਦਾ ਸਾਨੂੰ ਉਪਦੇਸ਼ ਦਿੱਤਾ ਪਰਮੇਸ਼ਰ ਨੇ, ਉਹਦੇ ਫਿਰ ਪੋਤਰੇ ਨੇ ਗੱਲ ਸੁਣਾਈ, ਕਹਿੰਦੇ ਜੋ ਦਾਦੇ ਕੋਲੋਂ ਮੰਗਿਆ ਉਹੀ ਮਿਲਿਆ। ਪਰ ਮਿਲਿਆ ਕਿਉਂ? ਉਹਨੇ ਰੱਬ ਦੇ ਭੈ ਵਿੱਚ ਆਪਣੀਆਂ ਉਂਗਲਾਂ ਆਪਣੇ ਹੱਥ ਸੜਾਏ ਸਨ, ਇਹ ਤਪੱਸਿਆ ਕੀਤੀ ਸੀ, ਇਹ ਸਾਧਨ ਕੀਤਾ ਸੀ। ਸੋ ਸਾਧ ਸੰਗਤ ਜੀ ਮਹਾਰਾਜ ਵੀ ਉਹੀ ਕਹਿ ਰਹੇ ਹੈ, ਕਹਿੰਦੇ ਭਾਈ ਤਿਸ ਕੋ ਲਖੋ ਲਿਹੋ ਮਨ ਰੋਗ। ਜਿਹੜੇ ਸੁੱਖ ਭੋਗਦਾ ਹੋਇਆ ਜਿਨ੍ਹਾਂ ਦੇ ਕਾਰਨ ਨਰਕਾਂ ਦਾ ਦੁਆਰ ਖੁੱਲ੍ਹਣਾ, ਉਸ ਪਾਸੋਂ ਜਾਣ ਤੋਂ ਮਨ ਨੂੰ ਰੋਕ ਲਓ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਕਾਰਨਾਂ ਕਰਕੇ ਪ੍ਰਲੋਕ ਵਿੱਚ ਸੁੱਖ ਮਿਲਣਾ, ਸੇਵਾ ਕਰਕੇ, ਸੰਗਤ ਕਰਕੇ, ਨਾਮ ਜਪ ਕੇ, ਦਾਨ ਪੁੰਨ ਕਰਕੇ, ਭਲਾ ਕਰਕੇ, ਲੋੜਵੰਦਾਂ ਦੀ ਸੇਵਾ ਕਰਕੇ, ਉਹ ਸੁੱਖ ਜੀਵਨ ਵਿੱਚ ਇਕੱਤਰ ਕਰੋ। ਇਉਂ ਮਨ ਨੂੰ ਰੋਕ ਕੇ ਰੱਖਣਾ, ਇਹੀ ਮਨ ਨੂੰ ਰੋਕਣ ਦਾ ਸੁਖੈਨ ਤਰੀਕਾ ਵੀ ਸਰੀਰ ਨੂੰ ਪਾਪ ਕਰਮ ਵੱਲੋਂ ਜਾਣ ਤੋਂ ਰੋਕ ਕੇ ਰੱਖਣਾ, ਸਰੀਰ ਤਨ ਉੱਧਰ ਨੂੰ ਚੱਲਿਆ ਨਾ ਜਾਏ। ਤਾਂ ਹੀ ਸੰਗਤ ਦੀ ਵਾੜ, ਜਿਹੜੇ ਖੇਤ ਨੂੰ ਵਾੜ ਹੋਈ ਹੋਵੇ ਨਾ, ਉਸ ਖੇਤ ਦੇ ਅੰਦਰਲੀ ਫਸਲ ਹਮੇਸ਼ਾ ਸੁਰੱਖਿਅਤ ਰਹਿੰਦੀ ਹੈ। ਪਸ਼ੂ ਨਹੀਂ ਚਰਦੇ ਉਸ ਨੂੰ, ਕੋਈ ਵੱਢ ਕੇ ਨਹੀਂ ਲੈ ਜਾ ਸਕਦਾ, ਨੁਕਸਾਨ ਨਹੀਂ ਕਰ ਸਕਦਾ। ਇਹ ਸੰਗਤ ਦੀ ਵਾੜ ਦੇ ਵਿੱਚ ਬੰਦਾ ਰਹੇ ਤਾਂ ਸਾਧ ਸੰਗਤ ਜੀ ਸੰਗਤ ਵੱਡੇ ਵੱਡੇ ਪਾਪ ਕਰਮਾਂ ਤੋਂ, ਔਗਣਾਂ ਤੋਂ, ਐਬਾਂ ਤੋਂ, ਗੁਨਾਹਾਂ ਤੋਂ ਬਚਾ ਲੈਂਦੇ। ਤਾਂ ਮਹਾਰਾਜ ਕਹਿ ਰਹੇ ਮਨ ਨੂੰ ਰੋਕ ਕੇ ਰੱਖਣਾ। ਬਸ ਹਿਰਦੈ ਮਨ ਕੀ ਸਭ ਜਾਣੈ। ਇਹ ਜਾਣਨਾ ਕਿ ਜਿਹੜਾ ਪਰਮੇਸ਼ਰ ਹਿਰਦੇ ਵਿੱਚ ਵੱਸਦਾ ਉਹ ਸਾਰਿਆਂ ਦੇ ਮਨ ਦੀ ਹਾਲਤ ਨੂੰ ਜਾਣਦਾ, ਇਹਦੇ ਮਨ ਵਿੱਚ ਕੀ ਚੱਲਦਾ ਹੈ, ਕੀ ਹੁੰਦਾ ਹੈ। ਸੋ ਪਰਮੇਸ਼ਰ ਲੱਖ ਸਭ ਥਾਨ ਹੈ। ਉਹੀ ਪਰਮੇਸ਼ਰ ਜਿਹੜਾ ਤੇਰੇ ਹਿਰਦੇ 'ਚ ਵੱਸਦਾ ਉਹਨੂੰ ਸਾਰੀਆਂ ਥਾਵਾਂ 'ਤੇ ਵੱਸਦਾ ਮੰਨਣਾ ਕਿ ਹਰ ਜਗ੍ਹਾ ਜਗ੍ਹਾ ਜਰੇ ਜਰੇ ਵਿੱਚ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਸਾਰੀਆਂ ਥਾਵਾਂ 'ਤੇ ਪਰਮਾਤਮਾ ਵੱਸਦਾ, ਐਸੀ ਦ੍ਰਿਸ਼ਟੀ ਉਹਦੇ ਚਰਨਾਂ ਵਿੱਚ ਜੋੜ ਕੇ ਰੱਖਣੀ ਹੈ। ਸ਼੍ਰੀ ਮੁਖ ਤੇ ਸੁਣ ਪੰਡਿਤ ਦੋ। ਜਦੋਂ ਦੋਨੋਂ ਪੰਡਿਤਾਂ ਨੇ ਸਤਿਗੁਰੂ ਜੀ ਤੋਂ ਇਹ ਬਚਨ ਸੁਣੇ, ਮਨ ਨੇ ਬਾਕ ਵਿਚਾਰਤ ਸੋ। ਵਿਚਾਰਦੇ ਆ ਕਿ ਗੁਰੂ ਦੇ ਬਚਨ ਮੰਨਣ ਵਾਲੇ ਹੈ। ਜਦੋਂ ਵਿਚਾਰ ਵਿੱਚ ਮਨ ਜਾਏਗਾ ਫਿਰ ਪਾਪ ਕਰਮ ਵੱਲੋਂ ਰੁਕੇਗਾ। ਮਨ ਨੇ ਤਾਂ ਫੁਰਨਾ ਉਠਾਤਾ, ਬੁੱਧੀ ਨੇ ਸਾਧ ਸਮਝੀ ਉਹਦਾ ਨਿਰਣਾ ਕਰਨਾ, ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ। ਜਿਹੜਾ ਬੰਦਾ ਦੂਜਿਆਂ ਨੂੰ ਜ਼ਹਿਰ ਖਵਾਉਂਦਾ ਕਦੇ ਆਪ ਖਾਂਦਾ ਨਹੀਂ, ਖਾਂਦਾ ਡਰਦਾ ਨਾ ਵੀ ਮੈਨੂੰ ਮਾਰੂ ਅਸਰ ਕਰੇਗੀ, ਅਤੇ ਇਸ ਕਰਕੇ ਦੂਜਿਆਂ ਨੂੰ ਖਵਾਉਣ ਨਾਲੋਂ ਜਿਹੜੀ ਆਪ ਨਹੀਂ ਖਾਣੀ ਦੂਜਿਆਂ ਨੂੰ ਕਿਉਂ ਖਵਾਉਣੀ ਹੈ। ਇਸ ਕਰਕੇ ਮਨ ਨੂੰ ਸਮਝਾਉਣਾ, ਸਤਿਗੁਰੂ ਜੀ ਦੇ ਬਚਨ ਮੰਨ ਕੇ
ਇਹ ਦੋਨੋਂ ਹੀ ਪੰਡਿਤ ਜੋ ਉਪਦੇਸ਼ ਸੁਣਿਆ ਸੀ ਮਨ ਕੋ ਸਮਝਾਵਨ ਪੁੰਨ ਲਾਗੇ ਮਨ ਨੂੰ ਸਮਝਾਉਣ ਲੱਗ ਪਏ ਬਾਰ ਬਾਰ ਫੇਰ ਸਨੈ ਸਨੈ ਤ੍ਰਿਸ਼ਨਾ ਦਿਕ ਤਿਆਗੇ ਸਨੈ ਹੌਲੀ ਹੌਲੀ ਸਾਰੀ ਤ੍ਰਿਸ਼ਨਾ ਜਿਹੜੀ ਪਰਾਲਬਧ ਹੈ ਸੰਗਤ ਜੀ ਉਹ ਰੱਬ ਨੇ ਦੇਣੀ ਦੇਣੀ ਹੈ ਜਿਹੜੀ ਨਹੀਂ ਲੱਖ ਚੋਰੀਆਂ ਕਰ ਲਵੇ ਲੱਖ ਠੱਗੀਆਂ ਕਰ ਲਵੇ ਨਹੀਂ ਰਹਿੰਦੀ ਕੋਲੇ ਜ਼ੋਰ ਲਾ ਲਓ ਜਿਹੜੀ ਦੇਣੀ ਹੈ ਉਹ ਸੱਤ ਛੱਪਰ ਪਾੜ ਕੇ ਵੀ ਦੇਣੀ ਆ ਉਹਨੇ ਅਤੇ ਆਪੇ ਸੰਤੋਖ ਆ ਜਾਏਗਾ ਆਪੇ ਮਨ ਸ਼ਾਂਤ ਹੋ ਜਾਏਗਾ ਆਪੇ ਉਹਦੀ ਕਿਰਪਾ ਹੋ ਜਾਏਗੀ ਆਪੇ ਮਨ ਵਿੱਚੋਂ ਛਾਲ ਕਪਟ ਧੋਖਾ ਠੱਗੀ ਚੋਰੀ ਕਰਨ ਵਾਲਾ ਖਿਆਲ ਚੱਲਿਆ ਜਾਏਗਾ ਜੇ ਰੱਬ ਦੇ ਉੱਤੇ ਭਰੋਸਾ ਪਰਮੇਸ਼ਰ 'ਤੇ ਗੁਰੂ 'ਤੇ ਵਿਸ਼ਵਾਸ ਇਸ ਕਰਕੇ ਮਨ ਨੂੰ ਸਮਝਾਉਂਦੇ ਹੈ ਔਰ ਹੌਲੀ ਹੌਲੀ ਤ੍ਰਿਸ਼ਨਾ ਦਾ ਤਿਆਗ ਕਰ ਦਿੱਤਾ ਸਤਿਗੁਰ ਸੰਗ ਕਰਤ ਭੇ ਨੀਤ ਪ੍ਰਤੀ ਸਤਿਗੁਰੂ ਜੀ ਦੀ ਸੰਗਤ ਕਰਦੇ ਹਨ ਸਤਨਾਮ ਸੰਗ ਲਾਗੀ ਪ੍ਰੀਤ ਆਖੋ ਭਾਈ ਵਾਹਿਗੁਰੂ ਨਾਮ ਵਿੱਚ ਪ੍ਰੀਤੀ ਲੱਗੀ ਮਨ ਜੁੜ ਗਿਆ ਨਾਮ ਵਿੱਚ ਨਾਮ ਵਿੱਚ ਐਨ ਮਨ ਜੁੜ ਗਿਆ ਹੁਣ ਨਾਮ ਜਪਦੇ ਹੈ ਸਿਮਰਨ ਦਾ ਰਸ ਮਾਣਦੇ ਹਨ ਹੋਤ ਭਇਓ ਤਿਨ ਕੋ ਕਲਿਆਣੇ ਉਹਨਾਂ ਦਾ ਵੀ ਕਲਿਆਣ ਮੇਰੇ ਸਤਿਗੁਰੂ ਜੀ ਨੇ ਕਰ ਦਿੱਤਾ ਜਿੱਥੇ ਤ੍ਰਿਸ਼ਨਾ ਦੀ ਅੱਗ ਬਲਦੀ ਸੀ ਉੱਥੇ ਸ਼ਾਂਤੀ ਆ ਗਈ ਉੱਥੇ ਨਾਮ ਦਾ ਪ੍ਰਵਾਹ ਚੱਲਣ ਲੱਗ ਪਿਆ ਜਿੱਥੇ ਲੋਭ ਲਾਲਚ ਸੀ ਉੱਥੇ ਸਤਸੰਤੋਖ ਆ ਗਿਆ ਸਤ ਸੰਗਤ ਜੀ ਸ਼ੁਭ ਗੁਣ ਆ ਗਏ ਘਰ ਵਿੱਚੋਂ ਕੂੜਾ ਕਰਕਟ ਹੂੰਝ ਕੇ ਬਾਹਰ ਕੱਢ ਦਿਓ ਆਪੇ ਸਫਾਈ ਹੋ ਜਾਣੀ ਹੈ ਇਸ ਕਰਕੇ ਕਾਮ ਕਰੋ ਲੋਭ ਮੋਹਕਾਰ ਦਾ ਕੂੜਾ ਕਰਕਟ ਨਿਕਲ ਗਿਆ ਹਿਰਦੇ ਰੂਪ ਵਿਹੜਾ ਸਾਫ ਹੋ ਗਿਆ ਪਰਮਾਤਮਾ ਦਾ ਨਾਮ ਉੱਥੇ ਆ ਕੇ ਨਿਵਾਸ ਕਰ ਗਿਆ ਗੁਰ ਕੇ ਸਿੱਖ ਹੋਏ ਮਨ ਮਾਨੇ ਮਨ ਮੰਨ ਗਿਆ ਅਤੇ ਗੁਰੂ ਕੇ ਸਿੱਖ ਬਣ ਕੇ ਸਿੱਖੀ ਨੂੰ ਧਾਰਨ ਕਰਕੇ ਮਨ ਨੂੰ ਵੀ ਜਿਹੜਾ ਮਨ ਅੱਗੇ ਨਹੀਂ ਮੰਨਦਾ ਸੀ ਹੁਣ ਮਨ ਵੀ ਉਹ ਮੰਨਣ ਲੱਗ ਗਿਆ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਆਗਿਆ ਉਵੇਂ ਤੁਰਨ ਲੱਗ ਪਏ ਔਰ ਗੁਰੂ ਕੀਆਂ ਬਖਸ਼ਿਸ਼ਾਂ ਦੇ ਇਹ ਗੁਰਮੁਖ ਪਾਤਰ ਬਣੇ ਹਨ ਗੁਰਸੰਗਤ ਜੀ ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ ਇਹ ਮੇਰੇ ਸਤਿਗੁਰੂ ਜੀ ਨੇ ਬੜਾ ਹੀ ਸੁੰਦਰ ਗੁਰਸਿੱਖਾਂ ਦੇ ਰਾਹੀਂ ਸਾਨੂੰ ਗੁਰ ਇਤਿਹਾਸ ਦੀ ਕਥਾ ਦਾ ਇਹ ਮਹਾਨ ਅਮੋਲਕ ਖਜ਼ਾਨਾ ਬਖਸ਼ਿਸ਼ ਕੀਤਾ ਹੈ ਸਾਰੇ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਹਰ ਸਾਲ ਤੁਸੀਂ 6 ਜੂਨ 'ਤੇ ਸ਼ਹੀਦਾਂ ਦੀ ਯਾਦ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵੱਡਾ ਲੰਗਰ ਲਾਉਣ ਦੀ ਸੇਵਾ ਕਰਦੇ ਹੋ ਬੇਨਤੀ ਹੈ ਪੂਰੇ ਚਾਅ ਨਾਲ ਪੂਰੀ ਸ਼ਰਧਾ ਨਾਲ ਪੂਰੀ ਮਿਹਨਤ ਮੁਸ਼ਕਤ ਨਾਲ ਔਰ ਪੂਰੀ ਭਾਵਨਾ ਨਾਲ ਸਾਰਿਆਂ ਨੇ ਵੱਧ ਚੜ੍ਹ ਕੇ ਲੰਗਰ ਦੀ ਸੇਵਾ ਕਰਨੀ ਇਹ ਮਨ ਵਿੱਚ ਜੇ ਭਾਵਨਾ ਬਣ ਜਾਏ ਕਿ ਸੱਚੇ ਪਾਤਸ਼ਾਹ ਸੰਗਤ ਰੂਪ ਵਿੱਚ ਤੁਸੀਂ ਆ ਕੇ ਲੰਗਰ ਛਕਣਾ ਤਾਂ ਜ਼ਰੂਰ ਗੁਰੂ ਸਾਹਿਬ ਛਕਣਗੇ ਤੁਹਾਡੇ ਲੰਗਰਾਂ ਵਿੱਚੋਂ ਜ਼ਰੂਰ ਗੁਰੂ ਸਾਹਿਬ ਤੁਹਾਨੂੰ ਨਿਵਾਜ ਕੇ ਜਾਣਗੇ ਜਿੱਥੇ ਗੁਰੂ ਸਾਹਿਬ ਦੀ ਭਾਵਨਾ ਬਣ ਜਾਏ ਉੱਥੇ ਸਾਰੀਆਂ ਬਰਕਤਾਂ ਆ ਜਾਂਦੀਆਂ ਆਪਾਂ ਕੌਣ ਹੈ ਛਕਾਉਣ ਵਾਲੇ ਜਾਂ ਦੇਣ ਵਾਲੇ ਅਸੀਂ ਕੇਵਲ ਸ਼ਰਧਾ ਰੱਖਣੀ ਹੈ ਭਾਵਨਾ ਰੱਖਣੀ ਹੈ ਜਿਹੜਾ ਇੱਕ ਇੱਕ ਦਾਣਾ ਤੁਹਾਡਾ ਇੱਕ ਇੱਕ ਪੈਸਾ ਲੰਗਰ ਵਿੱਚ ਪੈਣਾ ਨਾ ਇਹਦੇ ਨਾਲ ਤੁਹਾਨੂੰ ਸ਼ਹੀਦਾਂ ਦੀਆਂ ਖੁਸ਼ੀਆਂ ਮਿਲਣੀਆਂ ਸ਼ਹੀਦਾਂ ਦਾ ਆਸ਼ੀਰਵਾਦ ਮਿਲਣਾ ਸ਼ਹੀਦਾਂ ਦੀ ਬਰਕਤ ਮਿਲੇਗੀ
ਸ਼ਹੀਦਾਂ ਦੀ ਕਿਰਪਾ ਹੋਏਗੀ। ਸੋ ਇਸ ਕਰਕੇ ਵੱਧ ਚੜ੍ਹ ਕੇ ਹਰ ਮਾਈ ਭਾਈ ਨੇ, ਸਾਰੇ ਨਗਰ ਨੇ ਲੱਕ ਬੰਨ ਕੇ ਲੰਗਰ ਵਿੱਚ ਆਪਣਾ ਹਿੱਸਾ ਪਾਉਣਾ ਅਤੇ ਲੰਗਰ ਬਣਾ ਕੇ ਵਧੀਆ ਤੋਂ ਵਧੀਆ ਪਦਾਰਥ ਸੰਗਤ ਨੂੰ ਪ੍ਰੇਮ ਦੇ ਨਾਲ ਆਪਾਂ ਛਕਾਉਣੇ ਹਨ ਅਤੇ ਗੁਰੂ ਮਹਾਰਾਜ ਜੀ ਦੀ ਸੰਗਤ ਦੀ ਆਪਾਂ ਖੁਸ਼ੀ ਲੈਣੀ ਹੈ। ਕਿਸੇ ਨੇ ਵੀ ਹੱਥ ਨਹੀਂ ਘੁੱਟਣਾ, ਭਾਵੇਂ ਕੋਈ ਕਿਣਕਾ ਪਾਓ, ਭਾਵੇਂ ਕੋਈ ਬੋਰਾ ਪਾਓ, ਭਾਵੇਂ ਕੋਈ ਖੁੱਲ੍ਹਾ ਗੱਪਾ, ਸਾਰੇ ਆਪਣਾ ਆਪਣਾ ਹਿੱਸਾ ਸ਼ਹੀਦਾਂ ਦੇ ਲੰਗਰ ਵਿੱਚ ਤੁਸੀਂ ਵੱਧ ਚੜ੍ਹ ਕੇ ਪਾਉਣ ਦੀ ਇਹ ਸੇਵਾ ਕਰਨੀ ਹੈ। ਇਹ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਸਾਰੇ ਨਗਰ ਦੀ ਸੰਗਤ ਦਾ, ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ, ਉਹਨਾਂ ਸ਼ਹੀਦ ਪਰਿਵਾਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੀ ਵੀ ਬਾਹਰੋਂ ਸੰਗਤ ਆਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਡਾਕਟਰ ਭਾਈ ਮਨਜੀਤ ਸਿੰਘ ਜੀ ਜੋ ਬੜੀ ਲਗਨ ਨਾਲ ਖਾਲਸਾ ਹੋਸਪਿਟਲ ਦੇ ਵਿੱਚ ਆਏ ਮਰੀਜ਼ਾਂ ਦੀ ਸੇਵਾ ਕਰਦੇ ਹੈ, ਬੜੀ ਤਨਦੇਹੀ ਦੇ ਨਾਲ ਮਹਾਂਪੁਰਖਾਂ ਦੇ ਸਮੇਂ ਤੋਂ ਲੱਗੇ ਹੋਏ ਹਨ ਇਸ ਸੇਵਾ ਵਿੱਚ। ਮੈਂ ਉਹਨਾਂ ਦਾ, ਭਾਈ ਸੁਰਜੀਤ ਸਿੰਘ ਜੀ ਦਾ, ਭਾਈ ਅਜਮੇਰ ਸਿੰਘ ਜੀ ਦਾ, ਜਿਹੜੇ ਇਹ ਸਾਰੇ ਸਿੰਘ ਮਿਲ ਕੇ ਅੱਗੇ ਹੋ ਕੇ ਲੰਗਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੈ, ਦਾਸ ਇਹਨਾਂ ਮੁਖੀ ਸਿੰਘਾਂ ਦਾ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਵਿਸ਼ੇਸ਼ ਤੌਰ 'ਤੇ ਨਾਮ ਲੈ ਕੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਆਪ ਸ਼੍ਰੀ ਮੁਖਬਾਗ ਤੋਂ ਬਾਅਦ ਸਾਰਿਆਂ ਦਾ ਹੀ ਧੰਨਵਾਦ ਕਰਨਗੇ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਸਾਬਤ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਫਿਰ ਸਾਰੇ ਨਗਰ ਦੀ ਸੰਗਤ ਦਾ ਧੰਨਵਾਦ, ਸਾਰਿਆਂ ਨੂੰ ਹੁੰਮ ਹਮਾ ਕੇ 6 ਜੂਨ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ, ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਹੋਤ ਭਇਓ ਤਿਨ ਕੋ ਕਲਿਆਣੇ, ਗੁਰ ਕੇ ਸਿੱਖ ਹੋਏ ਮਨ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੋ